ਬਹੁਤ ਹੀ ਸੋਹਣਾ ਵਿਊ ਹੈ। ਮੈਂ ਇਹਨਾਂ ਦੀ ਰਿਫਲੈਕਸ਼ਨ ਪੂਰੀ ਨਦੀ 'ਚ, ਬਿਲਡਿੰਗ ਲਗਭਗ 3000 ਸਾਲ ਪੁਰਾਣੀ ਹੈ, ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਵੀ ਦੂਰੋਂ ਦਾ ਬਾਈ। ਇੱਕ ਤੋਂ ਇੱਕ ਯੂਨੀਕ ਬਿਲਡਿੰਗ ਦੇਖਣ ਨੂੰ ਮਿਲ ਰਹੀ ਆ ਉਰੇ। ਆਹ ਦੇਖੋ ਵੀ ਇਹ ਲਾਲ ਜੀ, ਇਹ ਕੀ ਹੈ ਬਾਈ? ਟੋਲ ਜਾ ਪਾਇਆ ਦੇਖੋ, ਇਹ ਸਾਰੀਆਂ ਬਿਲਡਿੰਗਾਂ ਵੀ ਧਰਤੀ ਦੇ ਨੇ ਤੇ ਲੋਕ ਫਿਰ ਰਹੇ ਆ, ਦੇਖੋ ਕਿੰਨੀਆਂ ਉੱਚੀਆਂ ਉੱਚੀਆਂ। ਤੁਸੀਂ ਗਲਤ ਹੋ ਬਾਈ, ਐਕਚੁਅਲੀ ਆਪਾਂ ਬਈ 22ਵੀਂ ਮੰਜ਼ਿਲ ਤੇ। ਸਤਿ ਸ਼੍ਰੀ ਅਕਾਲ, ਇੱਕ ਨਵੇਂ ਬਲੌਗ 'ਚ ਫੇਰ ਤੁਹਾਡਾ ਸਵਾਗਤ ਹੈ। ਮੈਂ ਖੜਿਆ ਵੀ ਚੌਂਗਸ਼ਿਨ, ਜੋ ਚਾਈਨਾ ਦਾ ਬਹੁਤ ਜ਼ਿਆਦਾ ਯੂਨੀਕ ਸ਼ਹਿਰ ਹੈ। ਮੈਂ ਤੁਹਾਨੂੰ ਕੱਲ੍ਹ ਦੱਸਿਆ ਸੀ ਕਿ ਇੱਕ ਉਰੇ ਐਵੇਂ ਦੀ ਬਿਲਡਿੰਗ ਹੈ ਜਿਹਦੇ ਤੁਸੀਂ 22ਵੀਂ ਮੰਜ਼ਿਲ 'ਤੇ ਖੜੇ ਹੋਗੇ, ਐਂ ਲੱਗੂਗਾ ਜਿਵੇਂ ਗਰਾਊਂਡ ਫਲੋਰ 'ਤੇ ਖੜੇ ਹੋਗੇ। ਅੱਜ ਆਪਾਂ ਉਹ ਘੁੰਮਣ ਚੱਲਾਂਗੇ, 3000 ਸਾਲ ਪੁਰਾਣੀ ਇੱਕ ਥਾਂ ਹੈ, ਉਹ ਐਕਸਪਲੋਰ ਕਰਾਂਗੇ। ਅਸੂਪ ਵਾਲੀ ਦੁਕਾਨ ਖੁੱਲ੍ਹੀ ਹੈ ਬਈ, ਬਹੁਤ ਜ਼ਿਆਦਾ ਫੇਮਸ ਹੈ, ਦੇਖੋ ਭੀੜ ਕਿੰਨੀ ਜ਼ਿਆਦਾ। ਆਹ ਦੇਖੋ ਵੀ ਛੋਲੇ ਜੇ ਪਾ ਕੇ ਦਿੰਦੇ ਆ ਕੁਛ, ਇਹ ਇੰਨੇ ਕੁ ਲੋਕਾਂ ਨੂੰ ਦੇਖ ਕੇ ਲੱਗਦਾ ਨਹੀਂ ਵੀ ਉਰੇ 3.5 ਮਿਲੀਅਨ ਲੋਕ ਰਹਿੰਦੇ ਹੁੰਦੇ ਆ, ਕਿਉਂਕਿ ਖੁੱਲ੍ਹੇ ਖੁੱਲ੍ਹੇ 'ਚ ਤੁਰ ਰਹੇ ਹਨ। ਇੰਨੇ ਲੋਕ ਭੀੜ ਭੜਾਕਾ ਬਹੁਤ ਹੁੰਦਾ, ਦਿੱਲੀ ਕਿੰਨਾ ਹੁੰਦਾ ਜਦੋਂ ਇੰਨੇ ਲੋਕ ਇਕੱਠੇ ਨਾਲ ਰੋਡ ਕ੍ਰੋਸ ਕਰਦੇ ਆ, ਵੀ ਇੱਕ ਅਲੱਗ ਹੀ ਫੀਲਿੰਗ ਆਉਂਦੀ ਹੈ, ਅਲੱਗ ਹੀ। ਚੌਂਗਸ਼ਿਨ ਦਾ ਵੀ ਮੇਨ ਕਿਲ੍ਹਾ ਹੈ, ਪੁਰਾਣੇ ਜ਼ਮਾਨੇ 'ਚ ਵੀ ਜਿਹੜੇ ਹਮਲਾਵਰ ਆਉਂਦੇ ਸੀ ਉਹਨਾਂ ਵਾਸਤੇ ਬਣਾਇਆ ਸੀ ਇਹ। ਸਾਰੇ ਘਰ ਵੀ ਬਹੁਤ ਜ਼ਿਆਦਾ ਪੁਰਾਣੇ ਨੇ, ਐਂਸ਼ੀਐਂਟ ਨੇ। ਦੇਖੋ ਉੱਪਰ ਜਾਣ ਦਾ ਰਾਹ ਵੀ ਬੜੇ ਟੇਢੇ ਜਿਹੇ ਪਾਸੇ ਹੋਏ, ਸਾਰੇ ਲੋਕਾਂ ਕੋਲ ਵੀ ਇਹ ਟੈਡੀ ਬੀਅਰ ਕੁੱਤਾ ਹੀ ਮਿਲੂਗਾ ਤੁਹਾਨੂੰ, ਆਹੀ ਨਸਲ ਮਿਲੂਗੀ ਜ਼ਿਆਦਾ। ਬਹੁਤ ਜ਼ਿਆਦਾ ਸੋਹਣਾ ਹੈ ਵੀ ਇਹ, ਦੇਖੋ 4 ਮੰਜ਼ਿਲਾ ਹੈ, ਸਾਰਿਆਂ ਦਾ ਡਿਜ਼ਾਇਨ ਸੇਮ ਆਲਮੋਸਟ, ਆਲੇ ਦੁਆਲੇ ਵੱਡੇ ਵੱਡੇ ਸਕਾਈ ਸਕੈਪਰਸ ਨੇ। ਤਾਂ ਅੱਗੇ ਕਾਫੀ ਖੁੱਲ੍ਹਾ ਡੁੱਲਾ ਏਰੀਆ ਬਣਿਆ, ਦੇਖੋ ਇਹ ਭਾਈ ਸਾਹਿਬ ਪੇਂਟਿੰਗ ਬਣਾ ਰਿਹਾ। ਇੱਥੋਂ ਹੇਠਾਂ ਪੂਰੇ ਰੋਡ ਦਾ ਵਿਊ ਦੇਖੋ ਵੀ ਕਿੰਨਾ ਜ਼ਿਆਦਾ ਖੂਬਸੂਰਤ ਹੈ, ਸਾਹਮਣੇ ਮਾਰਕੀਟ ਜੀ ਹੈ। ਇਹ ਬਹੁਤ ਜ਼ਿਆਦਾ ਹਾਈਟ 'ਤੇ ਹੈ, ਤਾਂ ਹੌਲੀ ਹੌਲੀ ਪੌੜੀਆਂ ਉਤਰੀ ਜਾਂਦੀਆਂ ਨੇ ਜਿਵੇਂ ਜਿਵੇਂ ਤੁਸੀਂ ਹੇਠਾਂ ਨੂੰ ਜਾਈ ਜਾਂਦੇ ਹੋ। ਪੂਰੇ ਪੱਥਰਾਂ ਨੂੰ ਖੋਰ ਖੋਰ ਕੇ ਇਹਨਾਂ ਨੇ ਰੋਡ ਬਣਾਏ ਆ, ਵੱਢ ਵੱਢ ਕੇ। ਮੈਨੂੰ ਅੱਜ 15ਵਾਂ ਦਿਨ ਹੈ, ਮੈਂ 15 ਦਿਨਾਂ 'ਚ ਜੋ ਓਬਜ਼ਰਵ ਕੀਤਾ ਵੀ ਚਾਈਨਾ 'ਚ ਸਟਰੀਟ ਫੂਡ ਬਹੁਤ ਜ਼ਿਆਦਾ ਮਹਿੰਗਾ, ਜਿਵੇਂ ਮੈਂ ਬਹੁਤ ਜ਼ਿਆਦਾ ਫੂਡ ਟਰਾਈ ਵੀ ਕੀਤਾ, ਜਿਵੇਂ ਕੱਲ੍ਹ ਆਲੂ ਜੇ ਕੀਤੇ ਸੀ ਦੇਖੋ 180 ਰੁਪਈਆਂ ਦੇ। ਅੱਜ ਮੈਂ ਔਡਰ ਕੀਤੀ ਹੈ ਵੀ ਲਾਤੇ ਇਹਨਾਂ ਦੀ, ਇਹ ਹੈ 85 ਰੁਪਈਆਂ ਦੀ। ਕੌਫੀ ਆਪਣੀ ਆ ਗਈ ਵੀ, ਸਵਾਦ ਹੈ ਯਾਰ, ਇਹਦੀ ਪੈਕਿੰਗ ਵੀ ਹੋ ਰਿਹਾ ਗਲਾਸ ਦੀ ਅਤੇ ਗਰਮ ਹੈ। ਅੱਜ ਪੁੱਛਿਆ ਉਹਨੇ ਹੌਟ ਜਾਂ ਕੋਲਡ, ਪਹਿਲਾਂ ਨਹੀਂ ਉਹਦੇ ਵਕਤ ਨਹੀਂ ਪੁੱਛਦਾ ਸੀ। ਪੈਕਿੰਗ ਵਾਲੀ ਕਿਹੜਾ ਲੱਗਦੀ ਹੈ, ਨਿਹਾਓ ਹੈਲੋ ਹੈਲੋ। ਇਹ ਕੀ ਯਾਰ ਪਰਾਂਠਾ ਜਿਹਾ ਰੋਲ ਕੀਤਾ ਆ, ਪਤਾ ਨਹੀਂ ਕੀ ਹੈ। ਕਈ ਤਾਂ ਇੰਨੀਆਂ ਅਜੀਬ ਅਜੀਬ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਨਾ, ਮੈਂ ਸੱਚੀ ਹੈਰਾਨ ਹੋ ਜਾਂਦਾ ਵੀ ਇਹ ਕੀ ਹੈ। ਰੂਲ ਬ੍ਰੇਕਰ ਵੀ ਹੁੰਦੇ ਉਰੇ, ਐਂ ਲੰਘਣਗੇ ਜੇ, ਆਹ ਦੇਖੋ ਇਹ ਐਂ ਲੰਘ ਗਏ ਦੇਖ ਕੇ ਉਰਾ ਬਰਾ, ਫਿਰ ਆਪਾਂ ਵੀ ਐਂ ਲੰਘ ਜਾਂਗੇ। ਇਹ ਕੌਫੀ ਦਾ ਟੇਸਟ ਮੈਨੂੰ ਬਾਹਲਾ ਹੀ ਸਿਰਾ ਲੱਗਿਆ ਉਹਦੇ ਵਾਂਗੂ, ਕਿਉਂਕਿ ਨਾ ਤਾਂ ਇਹ ਜ਼ਿਆਦਾ ਮਿੱਠੀ ਹੈਗੀ, ਨਾ ਜ਼ਿਆਦਾ ਫਿੱਕੀ ਹੈਗੀ, ਇਹਦਾ ਜਿਹੜਾ ਟੇਸਟ ਹੈ ਦਰਮਿਆਨੀ ਜੀ ਹੈ, ਤਾਂ ਇਹ ਮੈਨੂੰ ਬਹੁਤ ਵਧੀਆ ਦੀ ਇਹ ਕੁਆਲਿਟੀ ਲੱਗੀ, ਤਾਂ ਜ਼ਰੂਰ ਟੇਸਟ ਕਰੀਓ। ਇੱਕ ਲੱਕੀ ਕੌਫੀ ਜਿਹੜੀ ਪਹਿਲਾਂ ਕੀਤੀ ਸੀ ਆਪਾਂ ਨੇ, ਅਤੇ ਕਾਫੀ ਥਾਂ ਦੇ ਯਾਰ ਮੈਨੂੰ ਨੌਨ ਵੈਜ ਤਾਂ ਹੀ ਖਾਣਾ ਪੈਂਦਾ ਵੀ ਇੰਡੀਆ ਰੈਸਟੋਰੈਂਟ ਨਹੀਂ ਹੁੰਦੇ। ਸੈਂਟਰ 'ਚ ਆ ਗਏ ਸਾਰੀਆਂ ਵੀ ਬਿਲਡਿੰਗਾਂ, ਦੇਖੋ ਕਿੰਨੀਆਂ ਵੱਡੀਆਂ, ਇਹ ਸਾਰੇ ਕਾਰਪੋਰੇਟਿਵ ਆਫਿਸ ਨੇ, ਬੈਂਕਾਂ ਦੇ ਦਫ਼ਤਰ ਨੇ ਉਰੇ, ਵੱਡੇ ਵੱਡੇ ਬਿਜ਼ਨਸ ਸੈਂਟਰ ਨੇ, ਮੈਂ ਬਿਜ਼ਨਸ ਸੈਂਟਰ ਕਹਿ ਲਓ ਵੀ ਸ਼ਹਿਰ ਦਾ। ਵਾਓ ਯਾਰ, ਇੱਧਰ ਕਾਫੀ ਸਟਾਲਾਂ ਸਟੂਲਾਂ ਨੇ, ਹੈ ਨਾ, ਤੁਸੀਂ ਲੈ ਸਕਦੇ ਹੋ। ਅਤੇ ਪਾਵਰ ਬੈਂਕ ਤਾਂ ਤੁਹਾਨੂੰ ਹਰ ਦੁਕਾਨ 'ਤੇ ਮਿਲ ਜੂਗਾ ਵੀ ਰੈਂਟਲ ਕਰਨ ਵਾਸਤੇ। ਰੋਡ ਦੇਖੋ ਵੀ ਲੋਕ ਕ੍ਰੋਸ ਕਰਦੇ ਆ ਇੰਨੀ ਭੀੜ 'ਚ, ਉਹ ਸਾਹਮਣੇ 7-Eleven ਵੀ ਹੈ, ਪਹਿਲੀ ਵਾਰ ਦੇਖ ਰਿਹਾ ਮੈਂ ਸ਼ਹਿਰ 'ਚ। ਜ਼ਿਆਦਾਤਰ 7-Eleven ਉਰੇ ਰੇਲਵੇ ਸਟੇਸ਼ਨਾਂ 'ਤੇ ਹੁੰਦੇ ਆ। ਜਿਵੇਂ ਦਾ ਬੀਜਾਂਗੇ ਉਵੇਂ ਦਾ ਵੱਢਣਾ ਪਊਗਾ, ਇਹ ਕਹਾਵਤ ਮਸ਼ਹੂਰ ਹੈ। ਉਵੇਂ ਹੀ ਜਿਵੇਂ ਦੇ ਆਪਾਂ ਪੈਸੇ ਪੇ ਕਰਾਂਗੇ, ਉਵੇਂ ਦੀ ਆਪਾਂ ਨੂੰ ਸਰਵਿਸ ਮਿਲੂਗੀ, ਪ੍ਰੋਡਕਟ ਮਿਲੂਗੀ। ਹੁਣ ਕਾਫੀ ਲੋਕ ਕਹਿੰਦੇ ਵੀ ਚੀਨੀ ਪ੍ਰੋਡਕਟ ਤਾਂ ਹੀ ਨੇ, ਜਿਹੜੇ ਪ੍ਰੋਡਕਟ ਚਾਈਨਾ, ਜਪਾਨ, USA, ਯੂਰਪ 'ਚ ਐਕਸਪੋਰਟ ਕਰਦੇ ਨਾ, ਉਹਨਾਂ ਦੀ ਕੁਆਲਿਟੀ ਜਿਹੜੇ ਉੱਥੇ ਰਹਿੰਦੇ ਉਹਨਾਂ ਨੂੰ ਪਤਾ ਹੀ ਹੈ। ਤਾਂ ਚਾਈਨਾ ਬੈਸਟ ਦੇਸ਼ ਹੈ ਬਈ, ਮਤਲਬ ਮੈਨੂਫੈਕਚਰਿੰਗ 'ਚ ਅਤੇ ਟਾਈਮ 'ਤੇ ਡਿਲੀਵਰੀ ਕਰਨ 'ਚ, ਪ੍ਰੋਡਕਟ 'ਚ, ਸਸਤੇ 'ਚ। ਆ ਬੇਬੇ ਦੀ ਉਮਰ ਦੇਖ ਲਓ ਬਈ, ਕਿੰਨੀ ਜ਼ਿਆਦਾ ਉਮਰ ਦੀ ਬੇਬੇ ਤੁਰੀ ਜਾ ਰਹੀ ਹੈ। ਨਿਹਾਓ ਨਿਹਾ ਹੈਲੋ, ਕਿੰਨੇ ਪਿਆਰੇ ਲੋਕ ਨੇ ਦੇਖੋ। ਆਪਣੀਆਂ ਬੀਬੀਆਂ ਦੇ ਗੋਡੇ ਦੁਖਣ ਲੱਗ ਜਾਂਦੇ ਉਮਰ 'ਚ, ਦੇਖੋ ਬਿਲਕੁਲ ਸਟੇਟ, ਜਮਾਂ ਵੀ ਬਿੰਗ ਵੱਲ ਨਹੀਂ। ਕਿੱਧਰੋਂ ਵੀ ਲੋਕ ਰੋਡ ਕ੍ਰੋਸ ਕਰੀ ਜਾ ਰਹੇ ਆ, ਦੇਖੋ ਕਿੱਥੋਂ ਕਰ ਗਈ ਬੀਬੀ ਬਈ, ਕਿੰਨਾ ਜ਼ਬਰਦਸਤ ਏਰੀਆ ਯਾਰ। ਮਤਲਬ ਚੀਨੀ ਲੋਕ ਸਭ ਜਦੋਂ ਤੁਹਾਨੂੰ ਖਾਂਦੇ ਮਿਲਣਗੇ,
ਤੇ ਜਾਂ ਫਿਰ ਵੀ ਤੁਹਾਨੂੰ ਟਿਕਟੌਕ ਤੇ ਵੀਡੀਓ ਬਣਾਉਂਦੇ ਹੋ, ਬਹੁਤ ਜ਼ਿਆਦਾ ਕਲਚਰ ਹੈ। ਇੱਕ ਆ ਬੀਬੀ ਕੁੱਤੇ ਲਈ ਫਿਰਦੀ, ਇਹਦੇ ਕੋਲ ਵੀ ਦੇਖੋ ਇਹ ਬੇਬੀ, ਆਹ ਟੈਡੀ ਵੀਅਰ ਜਿਹਾ ਕੁੱਤਾ ਇਹਦੇ ਕੋਲ ਵੀ ਹੈ, ਦੇਖੋ ਇਹਦੇ ਕੋਲ ਵੀ ਇਹ ਟੈਡੀ ਵੀਅਰ ਕੁੱਤਾ। ਇਹ ਨਸਲ ਬੜੀ ਫੇਮਸ ਹੈ ਯਾਰ ਚਾਈਨਾ 'ਚ, ਪਤਾ ਨਹੀਂ ਕੀ ਨਾਂ ਇਹਦਾ, ਦੱਸਿਓ ਜੇ ਪਤਾ ਕਿਸੇ ਨੂੰ। ਆ ਇਮਾਰਤਾਂ ਦੇਖੋ ਯਾਰ, ਪੂਰੇ ਆਸਮਾਨ ਨੂੰ ਹੀ ਛੂ ਰਹੀਆਂ ਨੇ, ਕਿੰਨੀ ਜ਼ਿਆਦਾ ਹਾਈਟ ਹੈ ਬਈ ਇਹਨਾਂ ਦੀ, ਬਈ ਲਾਜਵਾਬ ਹੈ ਕੰਮ। ਇਹ ਤੁਹਾਨੂੰ ਕੀ ਲੱਗ ਰਿਹਾ ਵੀ ਐਪਲ ਦਾ ਲੋਗੋ ਹੈ, ਕਿੰਨਾ ਸੋਹਣਾ, ਮੈਨੂੰ ਵੀ ਐਂ ਲੱਗਦਾ ਸੀ ਪਹਿਲਾਂ ਬਈ ਇਹ ਐਪਲ ਦਾ ਸਟੋਰ ਹੇਠ ਹੈ, ਅੰਡਰਗਰਾਊਂਡ ਲੋਗੋ ਦੇਖੋ ਉੱਪਰ ਹੈ, ਆ ਜਿੱਥੇ ਲੋਕ ਬੈਠੇ ਇਹਦੇ ਹੇਠਾਂ ਐਪਲ ਦਾ ਸਟੋਰ ਹੈ। ਬਈ ਸੱਚੀ ਚਾਈਨਾ ਬੜਾ ਜਨੀਕ ਹੈ ਯਾਰ, ਮੇਰੇ ਪਿੱਛੇ ਦੇਖੋ ਕਿੰਨੀ ਜ਼ਿਆਦਾ ਭੀੜ ਹੈ, ਮਤਲਬ ਕੀੜੀਆਂ ਵਾਂਗੂ ਬੰਦੇ ਫਿਰ ਰਹੇ। ਅੱਜ ਮੈਨੂੰ ਥੋੜ੍ਹਾ ਫੀਲ ਹੋ ਰਿਹਾ ਵੀ ਦੁਨੀਆ ਦੀ ਮੋਸਟ ਪਾਪੂਲੇਟਡ ਸਿਟੀ ਜਾਮ ਹੈ। ਬਈ ਇਹ ਇਮਾਰਤਾਂ ਦੇਖੋ ਯਾਰ, ਉਹ ਸਾਹਮਣੇ ਹੋਰ ਵੀ ਬਣ ਰਹੀਆਂ ਨੇ ਨਵੀਆਂ ਨਵੀਆਂ, ਕਿੰਨੀ ਉੱਚੀ ਬਣਾ ਰੱਖੀ ਹੈ ਬਈ। ਆਹ ਦੇਖੋ ਵੀ ਇਹ ਸਟੋਰ ਦੀ ਐਂਟਰੈਂਸ ਹੈ, ਹੇਠਾਂ ਨੂੰ ਏਅਰਪੋਰਟ ਪ੍ਰੋ ਲੱਗੇ ਪਏ ਆ ਬਈ, ਇਹਦੀਆਂ ਪੌੜੀਆਂ ਦੇਖੋ ਪੂਰੀਆਂ ਸ਼ੀਸ਼ੇ ਦੀਆਂ, ਰਾਤ ਨੂੰ ਤਾਂ ਲਾਈਟਿੰਗ ਚੱਲਦੀ ਹੋਣੀ ਉਰੇ। ਬਾਹਲਾ ਜਨੀਕ ਸਟੋਰ ਹੈ ਵੀ ਦੇਖੋ, ਵਾਓ ਸੋ ਬਿਊਟੀਫੁੱਲ ਯਾਰ। ਇਹ ਸਾਰੀਆਂ ਪੌੜੀਆਂ ਵੀ ਕੰਚ ਦੀਆਂ ਬਣੀਆਂ ਹੋਈਆਂ ਨੇ, ਰਾਤ ਨੂੰ ਇਹਨਾਂ ਦੇ ਵਿੱਚ ਦੀ ਲਾਈਟਿੰਗ ਚੱਲਦੀ ਹੋਣੀ, ਕਿੰਨਾ ਮੋਟਾ ਕੰਚ ਹੈ ਬਈ। ਨੇੜੇ ਆ ਗਿਆ, ਸੂਰਜ ਰਿਫਲੈਕਟ ਹੋ ਰਿਹਾ, ਬਹੁਤ ਹੀ ਜ਼ਿਆਦਾ ਮੈਗਨੀਫੈਂਟ ਇਹ ਬਿਲਡਿੰਗ ਹੈ। ਆਹ ਕੀ ਹੈ ਬਈ, ਇਹ ਪਹਿਲੀ ਵਾਰ ਦੇਖ ਰਿਹਾ ਮੈਂ ਹਰੇ ਰੰਗ ਦਾ, ਇਹ ਡੰਪਲਿੰਗ ਹੈ ਕੁਛ ਦੇਖੋ, ਪਰ ਰੰਗ ਨਿਹਾਓ। ਸਿਲੰਡਰ ਵੀ ਹਰੇ ਬੀਬੀ ਦਾ ਦੇਖੋ, ਟੈਂਪੂ ਜੇ ਤਾਂ ਐਂ ਫੂਡ ਉਰੇ ਵੇਚਦੇ ਨੇ, ਆਹ ਬੋਇਲ ਹੋ ਰਿਹਾ। ਆਹ ਬਈ ਛੋਟੀਆਂ ਛੋਟੀਆਂ ਰੇੜੀਆਂ ਲੈ ਕੇ ਕਿਧਰੇ ਵੀ ਵੜ ਜਾਂਦੇ, ਸਾਗਰ ਗੰਦੀ ਵੇਚ ਰਹੇ ਦੇਖੋ ਭਾਈ ਸਾਹਿਬ, ਬਈ ਕਿੰਨਾ ਕਿਊਟ ਲੱਗ ਰਿਹਾ ਯਾਰ। ਫੋਟੋ 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 ਫੋਟੋ, ਹੈਲੋ, ਕਿੰਨੇ ਕਿਊਟ ਬੱਚੇ ਆ, ਬਾਏ 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 ਬਾਏ। ਪੌੜੀਆਂ ਤੇ ਦੇਖੋ ਵੀ ਕਿੰਨੇ ਜ਼ਿਆਦਾ ਲੋਕ ਨੇ ਯਾਰ, ਕਿੰਨੇ ਵਧੀਆ ਲੋਕ ਨੇ। ਆ ਭਾਈ ਸਾਹਿਬ ਸੂਪ ਜਾ ਲੈ ਕੇ ਦੇਖੋ, ਜਮਾਂ ਛੋਟੀ ਜਿਹੀ ਰੇੜੀ ਤੇ ਖੜਾ ਇੱਕ ਆਈਟਮ ਲੈ ਕੇ, ਪਰ ਇਹਦੇ ਵੀ ਟਹੀਏ ਲੱਗੇ ਹੋਏ ਨੇ। ਚੌਂਸ਼ੀਨ 'ਚ ਵੀ ਅੱਜ ਆਪਣਾ ਦੂਜਾ ਦਿਨ ਹੈ, ਅਤੇ ਮੈਂ ਬਹੁਤ ਜ਼ਿਆਦਾ ਮਤਲਬ ਸਰਪ੍ਰਾਈਜ਼ ਹਾਂ, ਐਵੇਂ ਦੀ ਜੁਨੀਕ ਚੀਜ਼ਾਂ ਮੇਰੇ ਐਕਸਪੀਰੀਅੰਸ ਕਰ ਰਿਹਾ। ਲਗਭਗ 20-21 ਕੰਟਰੀਆਂ ਘੁੰਮ ਚੁੱਕਿਆ ਮੈਂ, ਇੰਨੇ ਘੈਂਟ ਘੈਂਟ ਹੈ ਨਾ ਐਕਸਪੀਰੀਅੰਸ ਕੀਤੇ, ਪਰ ਜਿਵੇਂ ਦਾ ਐਕਸਪੀਰੀਅੰਸ ਚਾਈਨਾ 'ਚ ਉਵੇਂ ਕਦੇ ਨਹੀਂ ਕੀਤਾ। ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇੱਕ ਐਵੇਂ ਦੀ ਬਿਲਡਿੰਗ ਹੈ ਨਾ ਜਿਹੜੀ ਬਾਹਲੀ ਜੁਨੀਕ ਹੈ, ਆਪਾਂ ਉੱਥੇ ਪਹੁੰਚ ਗਏ ਬਈ। ਆਹ ਦੇਖੋ ਨੋਰਮਲ ਜਿਹਾ ਸਕੇਅਰ ਹੈ, ਸਾਰੀਆਂ ਬਿਲਡਿੰਗਾਂ ਜਿਹੀਆਂ ਖੜੀਆਂ ਨੇ, ਇਹ ਸਾਰਾ ਕੁਝ ਧਰਤੀ 'ਤੇ ਹੈ। ਇੱਧਰ ਦੁਕਾਨਾਂ ਨੇ, ਇੱਧਰ ਦੁਕਾਨਾਂ ਨੇ, ਅਤੇ ਇੱਧਰ ਆ ਔਫਿਸ ਹੈ ਇਹਨਾਂ ਦਾ ਟੂਰ ਵਾਲਿਆਂ ਦਾ। ਆਹ ਦੇਖੋ ਇੱਧਰ ਠੇਲਾ ਹੈ, ਪਰ ਇਹ ਤੁਹਾਨੂੰ ਲੱਗਦਾ ਬਈ ਐਕਚੁਅਲ 'ਚ ਆਪਾਂ ਖੜ੍ਹੇ ਹਾਂ ਵੀ 22ਵੇਂ ਮੰਜ਼ਿਲ 'ਤੇ, ਦੇਖੋ 22ਵੀਂ ਮੰਜ਼ਿਲ 'ਤੇ ਖੜ੍ਹੇ ਹਾਂ ਬਈ। ਇਹ ਕਿਵੇਂ ਦਾ ਐਕਸਪੀਰੀਅੰਸ ਹੈ ਰਿਹਾ ਜਾਂ ਇੰਨਾ ਯੂਨੀਕ। ਆਹ ਦੇਖੋ ਜਮਾਂ ਨੋਰਮਲ ਲੱਗ ਰਿਹਾ ਬਿਲਕੁਲ, ਪਰ ਐਵੇਂ ਦਾ ਕੁਛ ਵੀ ਨਹੀਂ, ਚਾਈਨਾ ਬਈ ਹੋਰੀ ਦੁਨੀਆ 'ਚ ਜੀ ਰਿਹਾ। ਅਤੇ ਆ ਇੱਧਰ ਦੋ ਬ੍ਰਿਜ ਨੇ ਵੀ ਜਿਹੜੀ ਦੂਜੀ ਬਿਲਡਿੰਗ ਨੂੰ ਇੱਧਰ ਕਨੈਕਟ ਕਰਦੇ ਆ, ਦੇਖੋ ਲੋਕ ਜਾ ਰਹੇ ਆ ਰਹੇ ਆ। ਆਹ ਦੇਖੋ ਇੱਧਰ ਬਿਲਡਿੰਗ ਆ, ਅਤੇ ਇੱਧਰ ਦੇਖੋ ਆਹ ਸਾਡਾ ਭਾਈ ਮਿਲ ਗਿਆ ਵੀ, ਇਹ ਕਸ਼ਮੀਰ ਤੋਂ ਹੈ, ਸ਼੍ਰੀਨਗਰ ਸੇ ਹੋ। ਆਹ ਦੇਖੋ ਬਈ ਇਹ ਬਿਜ਼ਨਸਮੈਨ ਹੈ, ਇਹ ਆਇਆ ਉੱਧਰ ਗੁਆਂਜੂ। ਨਹੀਂ ਯਾਰ ਅੱਛਾ ਯਾਰ, ਕਸ਼ਮੀਰ ਤੋਂ ਫੇਮਸ ਹੈ ਸ਼ੌਲ ਕੇ ਲੀਏ। ਮੈਨੇ ਮਫਲਰ ਬਾਈ ਕੀਏ ਥੇ ਬਾਂਸੇ, ਡਲ ਲੇਕ ਸੇ ਦੋ, ਵੋ ਮਾਰ ਗਈ ਨਾ ਡਲ ਲੇਕ ਕੇ, ਬਾਂਸੇ ਦੋ ਮਫਲਰ ਲੀਏ ਥੇ। ਲੈ ਤੁਹਾਡਾ ਭਰਾ ਫੇਮਸ ਹੈ ਚਾਈਨਾ 'ਚ, ਨਿਹਾਓ ਨਿਹਾਓ। ਲਓ ਬਈ ਇਹ ਸਾਰੇ ਲੋਕਲ ਬੰਦੇ ਆਪਣੀਆਂ ਫੋਟੋਆਂ ਖਿਚਾ ਰਿਹਾ, ਨਿਹਾਓ ਬਈ। ਚਾਈਨਾ ਬਾਹਲਾ ਹੀ ਸਿਰ ਆਏ ਤੇ ਬਾਹਲਾ ਹੀ ਜਨੀਕ ਹੈ, ਦੇਖੋ ਇੱਕ ਉਰ ਇਹ ਕਬੂਤਰ ਜਿਹੇ ਬੜੇ ਉੱਡਦੇ ਆ, ਆਰਟੀਫਿਸ਼ਲ ਜਿਹਾ ਇਹ ਡਾਂਦਾ ਭਾਈ, ਇਹ ਦੇਖੀਏ ਹੁਣ ਚਾਈਨਾ 'ਚ ਬਾਹਲੀਆਂ ਜਨੀਕ ਐਟਮਾਂ ਨੇ। ਉਹ ਦੇਖ ਇਹ ਬੱਚੀ ਡਾਊਗੀ, ਓ ਵਾਓ ਵਾਓ, ਦੇਖੋ ਕਿੰਨੀ ਕਿੰਨੀ ਵਾਓ ਵਾਓ। ਕਪਲ ਫਿਰ ਰਿਹਾ ਕਾਫੀ ਜ਼ਿਆਦਾ ਉਮਰ ਦਾ, ਕਿੰਨਾ ਸੋਹਣਾ ਹੈ, ਬਹੁਤ ਵਧੀਆ ਲੱਗਦਾ ਯਾਰ। ਇਹਨਾਂ ਦੀ ਉਮਰ ਦਾ ਹਿਸਾਬ ਲਾ ਲਿਓ ਤੁਸੀਂ। ਤਾਂ ਵੀ ਇੱਧਰ ਇਹ ਹੋਰ ਬਿਲਡਿੰਗ ਹੈ ਅਤੇ ਦੋ ਪੁਲ ਕਨੈਕਟ ਕਰਦੇ ਆ, ਦੇਖੋ 22ਵੀਂ ਮੰਜ਼ਿਲ ਤੋਂ ਵਿਊ ਦੇਖ ਲਓ ਵੀ, ਇੰਜੋਏ ਕਰ ਲਓ। ਅਤੇ 22ਵੀਂ ਮੰਜ਼ਿਲ 'ਤੇ ਤਾਂ ਆਪਾਂ ਖੜ੍ਹੇ ਹਾਂ, ਇਹ ਬਿਲਡਿੰਗਾਂ ਦੀ ਹਾਈਟ ਦੇਖ ਲਓ ਕਿੰਨੀ ਕੁ ਹੋਣੀ, 50-50 ਮੰਜ਼ਿਲਾਂ ਦੀਆਂ ਇਹ ਬਿਲਡਿੰਗਾਂ ਨੇ ਅੱਗੇ। ਆਹ ਸਾਰੇ ਵੀ ਉਰੇ ਪੁਰਾਣੇ ਹੈ ਨਾ ਰੈਸਟੋਰੈਂਟ ਦੁਕਾਨਾਂ ਨੇ, ਖਾਣ ਪੀਣ ਵਾਲੀਆਂ, ਆਰਕੀਟੈਕਚਰ
ਆਹ ਸਰਕਾਰੀ ਹਸਪਤਾਲ ਹੈ ਵੀ ਇਹਨਾਂ ਦਾ, ਦੇਖੋ ਬਿਲਕੁਲ ਵੀ ਭੀੜ ਨਹੀਂ, ਬਹੁਤ ਵੱਡਾ ਇਹਦੀ ਬਿਲਡਿੰਗ ਬਾਹਰੋਂ ਦਿਖਾਊਂਗਾ। ਔਰ ਇਹ ਮਸ਼ੀਨਾਂ ਲੱਗੀਆਂ ਹੋਈਆਂ ਨੇ ਸਾਰੀਆਂ, ਫੋਟੋ ਫੋਟੋ ਸਟੇਟ ਵਾਲੀਆਂ ਹੈ ਨਾ, ਸਾਰੀਆਂ ਡਿਜੀਟਲ। ਬਈ ਭੀੜ ਹੀ ਭੀੜ ਦਿਖ ਰਹੀ ਹੈ ਸਾਰੇ ਪਾਸੇ, ਇੰਨੀ ਭੀੜ ਨਹੀਂ ਮੈਂ ਦੇਖੀ। ਹੁਣ ਬਈ ਅਸੀਂ ਜਾ ਰਹੇ ਹਾਂ ਪੈਸੇ ਕਢਾਉਣ ਬੈਂਕ ਆਫ ਚਾਈਨਾ, ਲੱਭ ਰਹੇ ਹਾਂ ਯਾਰ। ਔਰ ਯਾਰ ਏਟੀਐਮ ਲੱਭਣੇ ਬੜੇ ਔਖੇ ਆ, ਕਿਉਂਕਿ ਤੁਹਾਨੂੰ ਦੱਸਿਆ ਵੀਜ਼ਾ ਮਾਸਟਰ ਕਾਰਡ ਉਰੇ ਨਹੀਂ ਚੱਲਦੇ। ਲੋਕ ਬਹੁਤ ਜ਼ਿਆਦਾ ਵੈਲਕਮਿੰਗ ਨੇ ਵੀ ਚਾਈਨਾ ਦੇ, ਇੰਨਾ ਜ਼ਿਆਦਾ ਲਾਈਕ ਕਰਦੇ ਆ, ਅਤੇ ਖਾਸ ਕਰਕੇ ਉਰੇ ਦੇ ਬਜ਼ੁਰਗ ਦੇਖੋ ਕਿੰਨੇ ਵਧੀਆ ਨੇ ਬਈ। ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਇੰਨੀ ਜ਼ਿਆਦਾ ਉਮਰ ਦੇ ਲੋਕ ਦੇਖਦਾ ਅਤੇ ਨੋਰਮਲ ਤੁਰੇ ਫਿਰ ਰਹੇ, ਕੋਈ ਪ੍ਰੋਬਲਮ ਨਹੀਂ। ਹਸਪਤਾਲ 'ਚ ਗਏ ਸੀ ਅਸੀਂ ਏਟੀਐਮ 'ਚ ਪੈਸੇ ਕਢਾਉਣ, ਅਤੇ ਹਸਪਤਾਲ ਵੀ ਲਿਟਰਲੀ 50 ਮੰਜ਼ਿਲਾਂ ਦਾ ਹਸਪਤਾਲ ਸੀ ਉਹ। ਐਕਸਟ੍ਰੀਮ ਹੈ ਵੀ ਚਾਈਨਾ, ਇਹਦਾ ਕੰਪੀਟੀਸ਼ਨ ਨਹੀਂ ਹੈ ਆਪਣੇ ਵਾਲੇ ਤੋਂ, ਤਾਂ ਹੋ ਨਹੀਂ ਸਕਦਾ ਦੋ ਤਿੰਨ ਸਦੀਆਂ ਦਾ। ਜਿਹੜੇ ਸਿਰੇ ਦੇ ਬੇਅਕਲ ਬੰਦੇ ਨੇ ਉਹ ਤਾਂ ਆਪਣੇ ਉੱਪਰ ਬੈਠੇ ਆ ਰਾਜਗੱਦੀ 'ਤੇ, ਅਤੇ ਪਾਪੂਲੇਸ਼ਨ ਅਨਪੜ੍ਹ ਤਾਂ ਬਹੁਤ ਹੈ ਨਾ, ਤਾਂ ਕ੍ਰਾਂਤੀ ਪੜ੍ਹਾਈ ਨਾਲ ਹੀ ਆਉਂਦੀ ਹੈ ਬਈ। ਆਹ ਕਿੰਨੀ ਯਾਰ ਜੁਡੀਕ ਜਿਹਾ ਸਟੋਰ ਹੈ ਨਾ, ਪੂਰਾ ਹਰੇ ਰੰਗ ਦਾ, ਮੈਂ ਪਹਿਲੀ ਵਾਰ ਦੇਖ ਰਿਹਾ ਹਰੇ ਰੰਗ ਦਾ ਸਟੋਰ ਹੈ। ਆਹ ਦੇਖੋ ਬਈ ਅਸੀਂ ਜਮ੍ਹਾਂ ਬੇਸਮੈਂਟ 'ਚ ਆ ਗਏ, ਜਮ੍ਹਾਂ ਅੰਡਰਗਰਾਊਂਡ ਜਿਹਾ ਰਾਹ, ਲੋਕ ਖਾ ਪੀ ਰਹੇ ਆ, ਅਤੇ ਉਰੇ ਵੀ ਕਾਫੀ ਮਾਹੌਲ ਇੱਕ ਨੰਬਰ ਜਿਹਾ। ਬਿਲਡਿੰਗ ਦੇਖੋ ਕਿੰਨੀ ਜ਼ਿਆਦਾ ਯੂਨੀਕ ਹੈ ਰਾਤ ਨੂੰ, ਮਤਲਬ ਹੁਣ ਤਾਂ ਤੁਹਾਨੂੰ ਇਹ ਜਿਵੇਂ ਚੁੱਪ ਚਪੀਤੀਆਂ ਲੱਗ ਰਹੀਆਂ ਨੇ ਨਾ, ਉਦਾਸ ਜਿਹੀਆਂ ਬਿਲਡਿੰਗਾਂ, ਰਾਤ ਨੂੰ ਐਂ ਲੱਗਦਾ ਜਦੋਂ ਲਾਈਟਾਂ ਲੱਗਦੀਆਂ ਨੇ ਜਿਵੇਂ ਗਾਣੇ ਗਾ ਰਹੀਆਂ ਨੇ। ਕਿੰਨੀ ਯੂਨੀਕ ਬਿਲਡਿੰਗ ਯਾਰ, ਮੈਂ ਪਹਿਲੀ ਵਾਰ ਦੇਖ ਰਿਹਾ, ਦੇਖੋ ਵਾਓ। ਹੁਣ ਤਾਂ ਜਮ੍ਹਾਂ ਹੀ ਅਸੀਂ ਭੀੜ 'ਚ ਆ ਗਏ, ਬਹੁਤ ਜ਼ਿਆਦਾ ਭੀੜ ਹੈ ਉਰੇ ਤਾਂ। ਜਿਵੇਂ ਜਿਵੇਂ ਘੁੰਮਦਾ ਜਾ ਰਿਹਾ ਨਾ, ਯੂਨੀਕ ਯੂਨੀਕ ਚੀਜ਼ਾਂ ਦਿਖਣੀਆਂ ਸ਼ੁਰੂ ਹੋ ਰਹੀਆਂ ਨੇ ਹੋਰ ਵੀ। ਆਹ ਦੇਖੋ ਆਹ ਬਿਲਡਿੰਗ ਦੇਖੋ ਕਿੰਨੀ ਜ਼ਿਆਦਾ ਯੂਨੀਕ ਹੈ ਯਾਰ, ਮਤਲਬ ਮੈਂ ਬਹੁਤ ਜ਼ਿਆਦਾ ਸਟੀਟਾਂ ਘੁੰਮੀਆਂ ਨੇ ਪਰ ਇੰਨੀਆਂ ਯੂਨੀਕ ਬਿਲਡਿੰਗ ਆ ਕਦੇ ਨਹੀਂ ਐਕਸਪੀਰੀਅੰਸ ਕੀਤੀਆਂ ਜਿੰਨੇ ਉਰੇ ਕਰ ਰਹੇ ਹਾਂ। ਆ ਰੰਗ ਦੇਖੋ ਇਹਦਾ ਹਰਾ ਆ, ਕਿ ਪਹਿਲਾਂ ਸੋਚਦਾ ਸੀ ਯਾਰ ਕੀ ਕਮਾਊਂਗਾ, ਉਹੀ ਗਲੀਆਂ ਹਰ ਸ਼ਹਿਰ 'ਚ ਕਮਾ ਦਿੰਦਾ, ਬਈ ਚਾਈਨਾ ਬਾਹਲਾ ਹੀ ਯੂਨੀਕ ਹੈ। ਇਹਨਾਂ ਦੀ ਲਿਪੀ ਵੀ ਘੈਂਟ ਲੱਗ ਰਹੀ ਹੈ ਯਾਰ, ਅੱਖਰ ਜਿਹੇ ਨਾ ਕਿੰਨੇ ਤਰੀਕੇ ਨਾਲ, ਟੇਢੇ ਮੇਢੇ ਜਿਹੇ ਨੇ ਕਾਟੇ ਮਾਟੇ। ਮਿਲ ਗਿਆ ਵੀ ਬੈਂਕ ਆਫ ਚਾਈਨਾ, ਇਹ 24 ਘੰਟੇ ਖੁੱਲ੍ਹਾ ਰਹਿੰਦਾ ਵੀ ਇਹਦਾ ਏਟੀਐਮ, HDFC ਬੈਂਕ ਦਾ ਏਟੀਐਮ ਹੈ ਬਾਈ ਕੋਲ, ਮੇਰੇ ਕੋਲ ਤਾਂ ਫੋਰੈਕਸ ਕਾਰਡ ਹੈ। ਇਸ ਕਰਕੇ ਬਾਕ ਬਾਕਾ ਜਿਹਾ ਟੇਸਟ ਹੈ, ਦਿਨ ਛਿਪਣ ਲੱਗ ਗਿਆ ਅਤੇ ਲਾਈਟਾਂ ਔਨ ਹੋ ਗਈਆਂ ਵੀ, ਅਤੇ ਵਿਊ ਵੀ ਬਦਲ ਗਿਆ ਵੀ ਜਦ ਬਈ। ਉਰੇ 10-10 ਮਸ਼ੀਨਾਂ ਨਾ ਸਫਾਈ ਵਾਲੀਆਂ ਚੱਲਦੀਆਂ ਰਹਿੰਦੀਆਂ ਨੇ ਫਰਸ਼ਾਂ ਦੇ, ਦੇਖੋ ਅੱਜ ਲੱਗ ਰਿਹਾ ਕਿ ਬਹੁਤ ਜ਼ਿਆਦਾ ਪਾਪੂਲੇਟਡ ਸਿਟੀ ਹੈ। ਆਹ ਲਾਈਟਿੰਗ ਦੇਖੋ ਬਈ ਬਿਲਡਿੰਗ ਦੀ, ਕਿਵੇਂ ਸਾਈਡ ਜੀ ਨੂੰ ਜਾ ਰਹੀਆਂ ਨੇ ਲਾਈਟਾਂ, ਇਹ ਸਾਰੇ ਐਕਸਲੇਟਰ ਨੇ ਬਈ ਉਹਨਾਂ ਦੀ ਸਾਈਡ ਤੋਂ, ਦੇਖੋ ਪੂਰੀ LED ਲਾ ਰਹੀ। ਰਾਤ ਹੋ ਗਈ ਵੀ 7:30 ਵੱਜ ਗਏ, ਬੜੀ ਘੈਂਟ ਜੀ ਇਮਾਰਤ ਦੇਖੋ ਬਈ, ਕਿੰਨੀਆਂ ਘੈਂਟ ਜੀਆਂ ਲਾਈਟਾਂ ਚੱਲ ਰਹੀਆਂ ਨੇ ਉਰੇ। ਇੱਥੇ ਵੀ ਲੈਟਰੀ ਵਾਲਾ ਕਲਚਰ ਕਾਫੀ ਹੈ ਨਵੇਂ ਸਾਲ ਕਰਕੇ, ਦੇਖੋ ਸਾਰੀਆਂ ਲੈਟਰੀਆਂ ਲੁਟਰੀਆਂ ਵੇਚ ਰਹੀਆਂ ਨੇ ਬੀਬੀਆਂ ਲੈਟਰੀ। ਕਿੰਨਾ ਜ਼ਿਆਦਾ ਸੋਹਣਾ ਹੈ ਵੀ ਇਹ ਪਲਾਜ਼ਾ ਜਿਹਾ, ਦੇਖੋ ਜਿਹੜੇ ਲੋਗੋ ਜਿਹੇ ਲੱਗੇ ਹੋਏ ਆ ਬਾਰ ਕਿਉਂ ਅਲੱਗ ਅਲੱਗ, ਈਵਨ ਲਾਈਵ ਸਟ੍ਰੀਮ ਵੀ ਕਰ ਰਿਹਾ ਵੀ ਇਹ ਦੇਖੋ। ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗ ਰਹੀ ਹੈ, ਮੈਂ ਸਵੇਰ ਦਾ ਸਿਰਫ ਇੱਕ ਸੇਬ ਖਾਧਾ ਹੈ ਅਤੇ ਇੱਕ ਸਿਰਫ ਉਹ ਆਪਣਾ ਸੰਤਰਾ, ਕਿਉਂਕਿ ਯਾਰ ਉਰੇ ਮੈਨੂੰ, ਮੈਂ ਖਾਣਾ ਨਹੀਂ ਚਾਹੁੰਦਾ ਯਾਰ ਮੀਟ, ਪਰ ਉਰੇ ਕੁਛ ਹੈ ਹੀ ਨਹੀਂ, ਮੈਂ ਲੱਭ ਰਿਹਾ, ਮੈਨੂੰ ਲਗਭਗ 1 ਘੰਟਾ ਹੋ ਗਿਆ। ਕੌਫੀ ਵਾਲੀ ਮਿਲੀ ਜਾ ਰਹੀ ਹੈ ਗੁੱਡੀ ਜੀ, ਬਈ ਬਹੁਤ ਹੀ ਜ਼ਿਆਦਾ ਸੋਹਣਾ ਪਲਾਜ਼ਾ ਹੈ ਯਾਰ, ਕੀ ਦੱਸਾਂ ਇਹਦੇ, ਵਾਓ ਸੋ ਬਿਊਟੀਫੁੱਲ ਆ। ਅੰਦਰਲੀ ਸਾਈਡ ਆ ਗਿਆ ਵੀ ਉਰੇ ਦੇਖੋ, ਲਾਈਟਿੰਗ ਫਲੋਰ ਕਿੰਨੇ ਵਧੀਆ ਇਹਨਾਂ ਨੇ ਰੀਪ੍ਰਜੈਂਟ ਕੀਤੇ ਹੋਏ ਆ। ਫੂਡ ਏ ਫੂਡ ਹੈ ਪਰ ਹੈਗਾ ਨੋਨ ਵੈਜ ਸਭ, ਆਹ ਮੀਟ ਏ ਮੀਟ ਹੈ ਬਈ, ਇਹ ਹੁਣ ਫਰਾਈ ਕਰਕੇ ਦੇ ਦੇਣਗੇ ਮੈਨੂੰ 2 ਮਿੰਟਾਂ 'ਚ ਬਾਰਬੀਕਿਊ। ਆਹ ਬਈ ਚਿੰਗੇ ਚੁੰਗੇ ਸਕਿੱਡ ਪਿਆ, ਸਾਰਾ ਸੀ ਫੂਡ ਪਿਆ, ਹੁਣ ਕੀ ਖਾਵੇ ਬੰਦਾ। ਲੱਭਦਾ ਗਿਆ ਵੀ ਚੌਲ, ਫਰਾਈਡ ਰਾਈਸ ਚੌਲ, ਇਹ ਐੱਗ ਨਾਲ ਕਰ ਰਿਹਾ। ਇਹਨਾਂ ਦੇ ਨਿਊਡਲ ਨੇ ਬਈ, ਇਹ ਵੀ ਸ਼ਾਇਦ ਮੀਟ ਹੈ, ਪਤਾ ਨਹੀਂ ਵਿੱਚ ਸਬਜ਼ੀ ਪਾਈ ਹੋਈ ਹੈ। ਦੇਖੋ ਬਈ ਬਾਈ ਉਹ ਕਰ ਰਿਹਾ ਪੂਰਾ, ਚੌਲ ਆ ਗਏ ਵੀ ਆਪਣੇ, ਬਹੁਤ ਵਧੀਆ ਬਣਾਏ ਨੇ ਬਾਈ ਨੇ, ਚਲੋ ਚਮਚਾ ਵੀ ਰੱਖਦੇ ਆ। ਚਾਈਨਾ, ਥਾਈ ਅਤੇ ਮਲੇਸ਼ੀਆ ਸਾਰੀਆਂ ਕੰਟਰੀਆਂ ਦੇ ਵੀ ਫੂਡ ਦਾ, ਫਰਾਈਡ ਰਾਈਸ ਦਾ ਟੇਸਟ ਆਲਮੋਸਟ ਸੇਮ ਹੀ ਹੁੰਦਾ। ਮੈਂ ਖਾ ਲਈ ਵੀ ਚੌਲ, ਸਾਹਮਣੇ ਦੇਖੋ ਚੀਨੀ ਬੱਚਾ ਪੜ੍ਹ ਰਿਹਾ ਟੈਬ 'ਤੇ, ਆਪਣੇ ਜਿਹੜੇ ਗੇਮ ਨਾਲ ਹੀ ਚਿੰਬੜੇ ਹੁੰਦੇ,
ਨੇ ਵੀ ਫੂਡ ਕੋਰਟ ਹੁੰਦੇ ਨੇ ਵੀ ਇਹਨਾਂ ਦੀ ਸਫਾਈ ਵਾਲੀ ਕਾਮਨ ਹੁੰਦਾ ਬੰਦਾ ਦੇਖੋ ਸਾਰਾ ਲੈ ਗਿਆ ਐ ਨੀ ਵੀ ਹਰ ਬੰਦਾ ਇੰਡੀਵਿਜੁਅਲੀ ਆਪ ਸਫਾਈ ਕਰੂਗਾ ਬਾਈ ਕਿੰਨੀ ਘੈਂਟ ਲਾਈਟਿੰਗ ਯਾਰ ਜਨੀਕ ਆਹ ਗਲੀ ਦੇਖੋ ਵੀ ਡੂ ਯੂ ਜੀ 1896 ਦੀ ਬਣੀ ਹੋਈ ਹੈ ਤੇ ਕਿੰਨੀ ਜ਼ਿਆਦਾ ਯੂਨੀਕ ਹੈ ਯਾਰ ਪੂਰੀ ਭੀੜੇ ਭੀੜੇ ਵੀ ਸਾਰੇ ਖਾ ਰਹੇ ਆ ਦੇਖੋ ਨਿਹਾਓ ਆ ਜੂਸ ਪਿਆ ਵੀ ਸਾਰਾ ਦੇਖੋ ਕਿਨੂਆ ਦਾ ਕੱਢਿਆ ਆ ਬੋਟਲ ਦੇਖੋ ਕਿੰਨੀ ਘੈਂਟ ਹੈ ਆ ਲਿਖਿਆ ਹੈ ਵੇ ਨਾਈਸ ਦੇ ਆ ਕੱਢ ਰਿਹਾ ਇੱਧਰ ਭਾਈ ਸਾਹਿਬ ਦੇਖੋ ਜੂਸ ਕੱਢ ਰਿਹਾ ਹਾਂ ਵਟ ਇੰਗਲਿਸ਼ 1.5 ਇਹ ਕਹਿੰਦੀ ਇੱਕ ਹੈ ਵੀ 180 ਰੁਪਈਆਂ ਦਾ ਇੰਨਾ ਪੈਂਗਾ ਪੀ ਕੇ ਜੂਸ ਦਾ ਗਲਾਸ ਜੀ ਕਿੱਥੇ ਜਾਵਾਂਗੇ ਆਹ ਕੀ ਹੈ ਬਈ ਇਹ ਤਾਂ ਜਮਾ ਹੀ ਯੂਨੀਕ ਹੈ ਸ਼ਹਿਰ ਦੇ ਵਿੱਚ ਇਹਨਾਂ ਨੇ ਕੇਵ ਵੀ ਬਣਾ ਰੱਖੀ ਹੈ ਪੂਰੀ ਦੇਖੋ ਜਿਵੇਂ ਕੇਵ ਹੋਵੇ ਪਤਾ ਨਹੀਂ ਕੀ ਕੁਛ ਕਰੀ ਜਾਂਦੇ ਆ ਦੇਖੋ ਜਹਾਜ਼ ਕਿੱਥੇ ਲਟਕਾ ਰੱਖਿਆ ਬਈ ਹੁਣ ਤੁਹਾਨੂੰ ਨਾ ਮੈਂ ਇੱਕ ਘੈਂਟ ਚੀਜ਼ ਦਿਖਾਉਣਾ ਮੈਂ ਵੀ ਆਹ ਦੇਖੋ ਇਹਨਾਂ ਨੇ ਲਾਈਟਿੰਗ ਨਾਲ ਕਪਲ ਰੀਪ੍ਰੈਜੈਂਟ ਕੀਤਾ ਗਿਆ ਇੱਕ ਲਵਰ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਬੜੀ ਅਜੀਬ ਜੀ ਲਾਈਟਿੰਗ ਮਿਲਦੀ ਯਾਰ ਇੰਨੀ ਘੈਂਟ ਘੈਂਟ ਜਿਹੜੇ ਕੈਫੇ ਕੂਫੇ ਹੁੰਦੇ ਦੇਖੋ ਹੈ ਨਾ ਡਰਿੰਕਾਂ ਡਰੁੰਕਾਂ ਜੀਆਂ ਆਹ ਦੇਖੋ ਫੋਟੋਆਂ ਖਿਚਾ ਰਹੀਆਂ ਨੇ ਉਰੇ ਪੋਜ਼ ਕਰ ਕਰਕੇ ਬਈ ਸਾਰੀਆਂ ਗਰੁੱਪ ਫੋਟੋਆਂ ਆਹ ਸਾਹਮਣੇ ਇਹ ਸਾਰਾ ਵੀ ਨਿਊ ਚੌਂਚਿਨ ਹੈ ਕਿੰਨੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਰੰਗ ਬਿਰੰਗੀਆਂ ਬਈ ਰਾਤ ਨੂੰ ਤਾਂ ਬਾਲੀਆਂ ਇਸ ਤਰ੍ਹਾਂ ਲੱਗ ਰਹੀਆਂ ਨੇ ਬਈ ਬਹੁਤ ਹੀ ਸੋਹਣਾ ਵਿਊ ਹੈ ਮੈਂ ਉੱਪਰ ਹੀ ਖੜਿਆ ਸਟਿਲ ਬਹੁਤ ਜ਼ਿਆਦਾ ਹਾਈਟ 'ਤੇ ਹਾਂ 11th-12th ਫਲੋਰ 'ਤੇ ਹੋਣਾ ਦੇਖੋ ਉਹ ਸਾਰੀਆਂ ਉਹ ਬਿਲਡਿੰਗ ਦਾ ਕਲਰ ਦੇਖੋ ਹੁਣ ਦੇਖੋ ਲਾਈਟਿੰਗ ਨੀਲੀ ਨੀਲੀ ਹੋ ਗਈ ਬਹੁਤ ਹੀ ਜ਼ਿਆਦਾ ਲਾਜਵਾਬ ਹੈ ਉੱਧਰ ਦੇਖੋ ਬਈ ਸਾਰੀਆਂ ਬਿਲਡਿੰਗਾਂ ਹੋਏ ਬਈ ਕਿਆ ਖੂਬਸੂਰਤ ਵਿਊ ਹੈ ਯਾਰ ਮੈਂ ਹੇਠਾਂ ਜਾਣਾ ਰਿਪੀਟ ਦੇਖੋ ਕਿੰਨੀ ਜ਼ਿਆਦਾ ਲਿਫਟਾਂ ਦੇ ਬਾਹਰ ਧੱਕੇ ਆ ਮੁੱਕੀ ਵਾਲਾ ਹੀ ਕੰਮ ਹੈ ਦੇਖਿਆ ਉਤਰੀਆਂ ਨੇ ਅਤੇ ਚੜ੍ਹਨ ਵਾਸਤੇ ਖੜ੍ਹੇ ਆ ਆਹ ਫਸ ਗਈ ਵਿਚਾਰੀ ਨਿਕਲ ਗਈ ਰੰਗ ਬਰੰਗ ਲੋਕ ਲੋਕ ਦੇਖੀ ਯਾਰ ਕਿਵੇਂ ਧੱਕੇ ਮਾਰ ਰਹੇ ਬੀਬੀ ਹਰਕ ਗਈ ਲਿਫਟ 'ਚ ਉਤਰਿਆ ਯਾਰ ਬਹੁਤ ਜ਼ਿਆਦਾ ਧੱਕਾ ਮੁੱਕੀ ਹੁੰਦੀ ਹੈ ਵੀ ਉਰੇ ਕਹਿੰਦੇ ਕਰਾਊਡ ਹੀ ਬਹੁਤ ਹੈ ਹੁਣ ਮੈਨੂੰ ਲੱਗ ਰਿਹਾ ਵੀ ਇਹ ਦੁਨੀਆ ਦੀ ਕਰਾਊਡਡ ਸਿਟੀ ਹੈ ਲਿਫਟ 'ਚ ਧੱਕੇ ਮੁੱਕੀਆਂ ਦੇਖ ਕੇ ਉਹ ਬਾਈ ਉਰੇ ਦਾ ਨਜ਼ਾਰਾ ਹੀ ਬੰਨਿਆ ਪਿਆ ਹੈ ਮਾਹੌਲ ਹੀ ਹੋ ਰਹੀ ਹੈ ਇੱਧਰ ਮਸ਼ਹੂਰ ਕੋਈ ਫੂਡ ਕੋਰਟ ਹੈ ਦੁਕਾਨ ਜੀ ਹੈ ਬਈ ਦੇਖੋ ਲਾਈਨ ਕਿੰਨੀ ਵੱਡੀ ਲੱਗੀ ਪਈ ਹੈ ਉਰੇ ਐਵੇਂ ਦੀਆਂ ਲਾਈਨਾਂ ਨੋਰਮਲ ਜੀ ਨੇ ਦੇਖਣੀਆਂ ਦੇਖੋ ਬਾਈ ਮੋਟਰਸਾਈਕਲ 'ਤੇ ਮਿਲ ਰਿਹਾ ਵਾਓ ਆਹ ਦੇਖ ਘੈਂਟ ਹੈ ਮੋਟਰਸਾਈਕਲ ਉੱਪਰਲੀ ਭੀੜ ਤਾਂ ਕੁਛ ਵੀ ਨਹੀਂ ਸੀ ਬਈ ਭੀੜ ਤਾਂ ਹੇਠਾਂ ਹੈ ਅਤੇ ਅੱਜ ਕੋਈ ਵੀਕਐਂਡ ਨਹੀਂ ਜਾਂ ਸੈਟਰਡੇ ਜਾਂ ਸੰਡੇ ਨੋਰਮਲ ਜਾਈ ਦੇਣਾ ਹੈ ਅੱਜ ਇੰਨੀ ਜ਼ਿਆਦਾ ਭੀੜ ਯਾਰ ਨੋਰਮਲ ਦੇ ਉੱਤੇ ਕਮਾਲ ਹੈ ਯਾਰ ਆਹ 6-lane ਰੋਡ ਹੈ ਵੀ ਪੂਰਾ ਬਲੋਕ ਕੀਤਾ ਪਿਆ ਦੇਖੋ ਇਹਦੇ ਕੋਈ ਸਾਧਨ ਨਹੀਂ ਸਿਰਫ ਲੋਕ ਤੁਰ ਰਹੇ ਆ ਫਿਰ ਵੀ ਇੰਨੀ ਜ਼ਿਆਦਾ ਭੀੜ ਹੈ ਆਹ ਵਿਚਾਲੇ ਡਿਵਾਈਡਰ ਲਾ ਰੱਖਿਆ ਵੀ ਇੱਕ ਸਾਈਡ ਤੋਂ ਹੀ ਚੱਲੇ ਇੱਕ ਸਾਈਡ ਜਾਣ ਲੋਕ ਇੱਕ ਸਾਈਡ ਆਉਣ ਹਰ ਚੀਜ਼ ਫੁੱਲ ਹੈ ਰੈਸਟੋਰੈਂਟ ਫੁੱਲ ਨੇ ਲਿਫਟਾਂ ਫੁੱਲ ਨੇ ਪਤਾ ਨਹੀਂ ਆਹ ਦੇਖੋ ਵੀ ਲੋਕ ਬੈਰੀਗੇਡਾਂ ਦੇ ਉੱਪਰ ਜੀ ਟੱਪੀ ਜਾ ਰਹੇ ਆ ਮੈਂ ਵੀ ਉੱਪਰ ਦੀ ਲੰਘਿਆ ਜਦੋਂ ਇਹ ਲੰਘ ਰਹੇ ਸੀ ਫਿਰ ਆਪਾਂ ਫਿਰ ਵੀ ਇੰਡੀਆ ਨਾ ਇੰਡੀਆ 'ਚ ਤਾਂ ਇਹ ਚੀਜ਼ਾਂ ਨੋਰਮਲ ਨੇ ਇਹ ਬਿਲਡਿੰਗਾਂ ਦਾ ਵਿਊ ਪਹਿਲਾਂ ਆਪਾਂ ਉੱਪਰ ਤੋਂ ਦੇਖਿਆ ਸੀ ਹੁਣ ਹੇਠਾਂ ਤੋਂ ਦੇਖੋ ਦੇਖੋ ਇਹਨਾਂ ਦੀ ਰਿਫਲੈਕਸ਼ਨ ਪੂਰੀ ਨਦੀ 'ਚ ਪੈ ਰਹੀ ਹੈ ਹੇਠਾਂ ਵੀ ਉਰੇ ਕਰੂਜ਼ ਰਾਈਡ ਵੀ ਚੱਲਦੀ ਹੈ ਜੇ ਕਿਸੇ ਨੇ ਡਿਨਰ ਡੁਨਰ ਹੈ ਨਾ ਨਦੀ ਦੇ ਵਿੱਚ ਇਹ ਲੈਣੇ ਆ ਇਹਦੇ ਟੂਰ ਜੇ ਵਾਧੂ ਵਿਕਦੇ ਆ ਉਹ ਸਾਹਮਣੇ ਬ੍ਰਿਜ 'ਤੇ ਲਾਈਟਿੰਗ ਦੇਖੋ ਯਾਰ ਕਿੰਨਾ ਸੋਹਣਾ ਲੱਗ ਰਿਹਾ ਆਹ ਦੇਖੋ ਵੀ ਵਿੱਚ ਦੀ ਮੈਟਰੋ ਜਾ ਰਹੀ ਹੈ ਕਿੰਨੀ ਸੋਹਣੀ ਲੱਗ ਰਹੀ ਹੈ ਉਹ ਬਈ ਇਹ ਪੁਲ ਵਿੱਚ ਦੀ ਤਾਂ ਹੋਰ ਹੀ ਲਾਈਟਾਂ ਚੱਲ ਰਹੀਆਂ ਨੇ ਦੂਜਾ ਪੁਲ ਹੈ ਆਪਾਂ ਵੀ ਜਮ੍ਹਾਂ ਉੱਪਰ ਤੋਂ ਆਏ ਬਿਲਡਿੰਗ ਦੇ ਅਤੇ ਸਾਰੇ ਰੈਜੀਡੈਂਸ਼ੀਅਲ ਏਰੀਆ ਨੇ ਦੇਖੋ ਇਹਨਾਂ 'ਤੇ ਵੀ ਲਾਈਟਾਂ ਲੱਗ ਰਹੀਆਂ ਨੇ ਜਿਵੇਂ ਜਿਵੇਂ ਮੈਂ ਐਕਸਪਲੋਰ ਕਰੀ ਜਾ ਰਿਹਾ ਸਿਟੀ ਨੂੰ ਯਾਰ ਜਮ੍ਹਾਂ ਹੀ ਯੂਨੀਕ ਐਕਸਪੀਰੀਅੰਸ ਹੋਈ ਜਾ ਰਿਹਾ ਮਤਲਬ ਜਮੀ ਅਣਦੇਖੀਆਂ ਚੀਜ਼ਾਂ ਆਹ ਬਿਲਡਿੰਗ ਵੀ ਕਿੰਨੇ ਜ਼ਿਆਦਾ ਰੰਗ ਬਦਲ ਰਹੀ ਹੈ ਕਿੰਨੀ ਸੋਹਣੀ ਲੱਗ ਰਹੀ ਹੈ ਦੇਖੋ ਵਿੱਚ ਵਿੱਚ ਨੀਲਾ ਵਾਓ ਯਾਰ ਸੋ ਬਿਊਟੀਫੁੱਲ ਬਈ ਪੂਰੀਆਂ ਮਤਲਬ ਫਿਲਮਾਂ ਟਾਈਪ ਚੱਲ ਰਹੀਆਂ ਨੇ ਸਕਰੀਨਾਂ 'ਤੇ
ਥੋੜ੍ਹਾ ਨਾ ਫੋਗ ਕਰਕੇ ਯਾਰ ਵਿਊ ਸਾਫ ਨਹੀਂ ਆ ਰਿਹਾ ਬਿਲਡਿੰਗਾਂ ਦਾ, ਕਿਉਂਕਿ ਕੋਹਰਾ ਹੋ ਰਿਹਾ ਤੁਹਾਨੂੰ ਦੱਸਿਆ ਸੀ। ਪੌੜੀਆਂ ਚੜ੍ਹ ਚੜ੍ਹ ਕੇ ਨਾ ਵੀ ਲੋਕ ਜਮ੍ਹਾਂ ਉੱਪਰ ਤੱਕ ਜਾ ਰਿਹਾ। ਦੇਖੋ ਆਹ ਬ੍ਰਿਜ ਦੀ ਲਾਈਟਿੰਗ ਦੇਖੋ ਯਾਰ ਕਿੰਨੀ ਜ਼ਿਆਦਾ ਜ਼ਬਰਦਸਤ ਹੈ, ਅਲੱਗ ਅਲੱਗ ਲਾਈਟਿੰਗ ਚੱਲ ਰਹੀ ਹੈ ਬਿਲਕੁਲ। ਜਿਹੜੇ ਹਿਸਾਬ ਨਾਲ ਉਰੇ ਭੀੜ ਹੈ ਨਾ ਬਈ, ਕੋਈ ਵੀ ਜੇਬ ਕਤਰਾ ਨਹੀਂ ਹੈਗਾ, ਮਤਲਬ ਜੈਨੂਅਨ ਲੋਕ ਨੇ ਆਪਣੇ ਤਾਂ ਇੰਨੀ ਭੀੜ 'ਚ ਮਤਲਬ ਹੁਣ ਤੱਕ ਤਾਂ ਜੇਬਾਂ ਪਾੜ ਲੈਂਦੇ ਹੈ ਨਾ। ਆਹ ਦਰੱਖਤਾਂ ਦੇ ਪਿੱਛੇ ਵੀ ਬਿਲਡਿੰਗਾਂ ਦਾ ਜਿਹੜਾ ਕਲਰ ਥੀਮ ਹੈ ਯੈਲੋ ਯੈਲੋ, ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਦੀਮ ਵਾਲਾ ਜੀ। ਯਾਰ ਇੰਨੀ ਭੀੜ ਕਿਸੇ ਕਾਰਨ ਕਰਕੇ ਵੀ ਹੋਊਗੀ ਇਹ ਰੋਡ 'ਤੇ, ਹੈ ਨਾ। ਮੈਂ ਤੁਹਾਨੂੰ ਦਿਖਾਉਂਦਾ ਇੰਨੀ ਭੀੜ ਕਿਉਂ ਹੈ, ਇਹ ਬਿਲਡਿੰਗ ਨੂੰ ਦੇਖਣ ਵਾਸਤੇ। ਇਹ ਵੀ ਭੀੜ, ਇਹ ਬਿਲਡਿੰਗ ਲਗਭਗ 3000 ਸਾਲ ਪੁਰਾਣੀ ਹੈ, ਬੜੀ ਐਂਸ਼ੀਅੰਟ ਬਿਲਡਿੰਗ ਹੈ, ਅਤੇ ਸਾਰੇ ਲੋਕ ਪਾਗਲ ਹੋ ਰਹੇ ਇਹਦੀ ਇੱਕ ਫੋਟੋ ਖਿੱਚਣ ਵਾਸਤੇ। ਇਹਦਾ ਨਾਮ ਹੈ ਹੋਂਗਯਾਮ ਕਹਿੰਦੇ ਆ ਇਹਨੂੰ। ਅਤੇ ਬਈ ਲਾਈਟਿੰਗ ਦੇਖੋ ਪੂਰੀ ਯੈਲੋ ਯੈਲੋ, ਇਹਦੇ ਵਿੱਚ ਸਾਰੇ ਰੈਸਟੋਰੈਂਟ ਵਗੈਰਾ ਨੇ, ਦੇਖੋ ਸਾਰੀ ਭੀੜ ਹੈ ਇਹਦੇ ਵਾਸਤੇ। ਦੇਖੋ ਵੀ ਬੀਬੀ ਫੋਟੋਆਂ ਵੇਚਦੀ ਹੈ, ਘੈਂਟ ਫੋਟੋ ਖਿੱਚੀ ਹੋਈ ਹੈ। ਵਾਓ, ਹਾਊ ਮੱਚ ਮਨੀ? ਕਿੰਨੇ? 3 ਜਵਾਨ, ਹਾਂ 30 ਜਵਾਨ ਦੀ ਇੱਕ, 30 ਜਵਾਨ, ਠੀਕ ਹੈ ਓਕੇ। ਸ਼ਾਸ਼ਾ ਫੋਟੋ ਮੈਂ ਖਿਚਾ ਲੈਂਦਾ, ਪਰ ਪੈਸੇ ਜ਼ਿਆਦਾ ਮੰਗ ਰਹੀ ਸੀ, 360 ਰੁਪਏ ਦੀ ਇੱਕ ਫੋਟੋ। ਯਾਰ ਬਹੁਤ ਹੀ ਜ਼ਿਆਦਾ ਭੀੜ ਹੈ ਵੀ ਉਰੇ, ਫੋਟੋ ਫੁੱਲ ਜਿਹੇ ਦੇਖੋ ਬੀਬੀ ਦੇ ਹੱਥ 'ਚ ਕਿੰਨਾ ਸੋਹਣਾ। ਜਿਵੇਂ ਸ਼ਾਹਜਹਾਂ ਨੇ ਵੀ ਤਾਜ ਮਹਿਲ ਨੂੰ ਬੜੀ ਰੀਜਨਲ ਬਣਵਾਇਆ ਸੀ ਨਾ, ਐਵੇਂ ਇਹ ਪੂਰੀ ਇਮਾਰਤ ਬੜੀ ਰੀਜਨਲ ਬਣਾਈ ਹੋਈ ਹੈ। ਇਹਦਾ ਆਰਕੀਟੈਕਚਰ ਲਾਈਟਿੰਗ A to Z ਚੀਜ਼ ਪਰਫੈਕਟ ਹੈ ਬਈ। ਮੇਰੇ ਕਿਹੜੀ ਲੋਕ ਐਂ ਦੇਖ ਰਹੇ, ਮੈਂ ਪਤਾ ਨਹੀਂ ਕਿ ਹੋਰ ਹੀ ਕਰਾਂ ਆ ਕੰਮ ਜਿਵੇਂ। ਇਹਦੇ ਜਿਹੜੇ ਸੱਜੇ ਹੱਥ ਵੀ ਬਿਲਡਿੰਗਾਂ ਨੇ, ਇਹ ਵੀ ਬੜੀਆਂ ਸੋਹਣੀਆਂ ਨੇ। ਕਹਿੰਦੀ ਰੀਸ ਤਾਂ ਬਹੁਤ ਕੀਤੀ ਪਰ ਹੋਈ ਨਹੀਂ, ਪਰ ਉਹਦੀ ਰੀਸ ਨਹੀਂ ਹੋਈ, ਬਹੁਤ ਸੋਹਣੀਆਂ ਨੇ ਇਹ ਵੀ ਬਈ। ਇਹਦਾ ਨਾਮ ਹੈ ਵੀ ਹੋਂ ਜਾਂ ਦੋਂਗ, ਮਤਲਬ ਇਹਦੀ ਇਹ ਪ੍ਰੋਨਾਂਸੀਏਸ਼ਨ ਹੈ। ਉੱਧਰ ਜੇ ਮੈਂ ਪੰਜਾਬੀ 'ਚ ਕਹਾਂ ਤਾਂ ਹੋਂਗ ਜਾਂ ਡੋਂਗ ਐਂ ਬੋਲਿਆ ਜਾਂਦਾ, ਤਾਂ ਲੋਕ ਵੀ ਆਪਣੇ ਬੱਚਿਆਂ ਨੂੰ ਮੋਢਿਆਂ 'ਤੇ ਚੱਕ ਕੇ ਦਿਖਾ ਰਿਹਾ ਵੀ ਇਹ ਕੋਈ ਚੀਜ਼ ਆ ਆਪਣੇ ਦੇਸ਼ 'ਚ। ਇੱਥੇ ਤੁਹਾਨੂੰ ਵੀ ਮੈਗਨੇਟਾਂ ਵੀ ਮਿਲ ਜਾਣਗੀਆਂ ਸ਼ਹਿਰ ਦੀਆਂ, ਦੇਖੋ ਆਲਮੋਸਟ ਵਿਕੇ ਚੁੱਕੀਆਂ ਨੇ। ਆਹ ਦੇਖੋ ਕਾਫੀ ਐਨਸ਼ੀਅੰਟ ਬਿਲਡਿੰਗ ਹੈ ਵੀ, ਇਹਦੀ ਕਿਰਤੀ ਦੇਖੋ ਕਿੰਨੀ ਜ਼ਿਆਦਾ ਸੋਹਣੀ ਹੈ। ਇਹ ਇੰਨੀ ਕੁ ਜ਼ਿਆਦਾ ਸੋਹਣੀ ਹੈ ਨਾ ਵੀ ਤੁਹਾਡੀਆਂ ਅੱਖਾਂ ਦੀ ਥਕਾਵਟ ਲੈ ਜੂਗੀ ਇਹਨੂੰ ਦੇਖ ਕੇ, ਥੋੜ੍ਹਾ ਰੂਹ ਖੁਸ਼ ਹੋ ਜੂ ਵੀ ਕੁਛ ਦੇਖਿਆ ਜ਼ਿੰਦਗੀ 'ਚ ਯੂਨੀਕ। ਹਰ ਕਿਸੇ ਦੇ ਹੱਥ 'ਚ ਉਰੇ ਕੈਮਰਾ ਮਿਲੂਗਾ ਅਤੇ ਫੋਟੋਆਂ ਖਿੱਚਦੇ ਮਿਲਣਗੇ, ਫੋਟੋਆਂ ਬਸ ਆਹ ਪਾ ਪੂ ਕੇ ਹੈ ਨਾ ਫੋਟੋਆਂ ਖਿਚਾਉਂਦੇ ਆ ਉਰੇ। ਵਾਓ ਯਾਰ ਬਹੁਤ ਸੋਹਣੀ ਹੈ, ਹੇਠਾਂ ਲੱਗ ਕੇ ਤਾਂ ਬਹੁਤ ਜ਼ਿਆਦਾ ਹਾਈਟ ਹੈ ਇਹਦੀ। ਮੇਰੇ ਪਿੱਛੇ ਪੁਰਾਤਨ ਚਾਈਨਾ ਦੀ ਝਲਕ ਹੈ ਅਤੇ ਇਹ ਮਾਡਰਨ ਚਾਈਨਾ ਦੀ ਝਲਕ ਹੈ ਵੀ। ਇਹ ਬਿਲਡਿੰਗਾਂ ਵੱਡੀਆਂ ਵੱਡੀਆਂ ਸਕਾਈ ਸਕੈਪਰਸ ਆ। ਆਹ ਦੇਖੋ ਕਰੂਜ ਕਿੰਨਾ ਸੋਹਣਾ ਲੱਗ ਰਿਹਾ ਵਿੱਚ ਲਾਈਟਿੰਗ, 3-4 ਮੰਜ਼ਿਲਾਂ ਨੇ ਇਹਦੀਆਂ। ਵਾਓ ਬਹੁਤ ਖੂਬਸੂਰਤ ਹੈ, ਆਪਾਂ ਉੱਥੋਂ ਆਏ ਹਾਂ ਵੀ ਤੁਰ ਕੇ, ਪਿੱਛੇ ਦਾ ਵਿਊ ਹੋਰ ਵੀ ਜ਼ਿਆਦਾ ਘੈਂਟ ਹੋਈ ਜਾਂਦਾ ਬਾਈ। ਇੱਕ ਤੋਂ ਇੱਕ ਯੂਨੀਕ ਬਿਲਡਿੰਗ ਦੇਖਣ ਨੂੰ ਮਿਲ ਰਹੀ ਆ ਉਰੇ। ਆਹ ਦੇਖੋ ਵੀ ਇਹ ਲਾਲ ਜੀ, ਇਹ ਕੀ ਹੈ ਬਈ, ਕਿਵੇਂ ਦਾ ਇਹਦਾ ਦਿਖਾਇਤਾਕਾਰ ਹੈ ਨਾ। ਚਾਈਨਾ ਦੇ ਨਵੇਂ ਸਾਲ ਕਰਕੇ ਵੀ ਥੋੜ੍ਹਾ ਜਿਹਾ ਜ਼ਿਆਦਾ ਕਰਾਊਡ ਹੈ, ਵੈਸੇ ਵੀ ਉਰੇ ਕਰਾਊਡ ਬਹੁਤ ਹੀ ਹੁੰਦਾ ਕਿਉਂਕਿ ਇਹ ਤੁਹਾਨੂੰ ਦੱਸਿਆ ਵੀ ਬਹੁਤ ਜ਼ਿਆਦਾ ਪਾਪੂਲੇਟਡ ਸਿਟੀ ਹੈ। ਬਾਕੀ ਉਰੇ ਇਹਨਾਂ ਨੇ ਹੋਟਲ ਹੁਟਲ ਦੇ ਰੇਟ ਵੀ ਹੁਣ ਚੱਕ ਰੱਖੇ ਆ ਬਈ। ਮੈਂ ਹੋਸਟਲ ਦੇ ਪਹਿਲੇ ਦਿਨ ਪੇ ਕੀਤੇ ਸੀ ਵੀ 600 ਰੁਪਈਏ, ਅੱਜ ਓਨਰ ਪਤਾ ਕੀ ਕਹਿੰਦਾ, ਕਹਿੰਦਾ ਵੱਧ ਗਿਆ, ਅੱਜ ਕਹਿੰਦਾ 1000 ਰੁਪਈਆ ਪੇ ਕਰ ਸਿੰਗਲ ਬੈੱਡ ਦਾ, ਕਹਿੰਦਾ ਨਵੇਂ ਸਾਲ ਹੈ ਬਸ। ਹੁਣ ਕਿਉਂਕਿ ਉਰੇ ਬਹੁਤ ਜ਼ਿਆਦਾ ਹੋਰ ਪਿੰਡਾਂ ਪੁੰਡਾਂ 'ਚੋਂ ਟੂਰਿਸਟ ਆ ਰਹੇ ਆ ਦੇਖਣ ਵਾਸਤੇ, ਉੱਦਾਂ ਵੀ ਉਰੇ ਕਰਾਊਡ ਇੰਨਾ ਕੀ ਰਹਿੰਦਾ, ਥੋੜ੍ਹਾ ਮੋਟਾ ਘੱਟ ਹੋਊਗਾ। ਜਿੱਥੇ ਤੱਕ ਤੁਹਾਡੀ ਨਿਗਾਹ ਜਾਊਗੀ ਤੁਹਾਨੂੰ ਭੀੜ ਮਿਲੂਗੀ, ਭੀੜ ਹੈ ਭੀੜ ਬਈ, ਕਰਾਊਡ ਹੀ ਕਰਾਊਡ। ਇਹਦੀਆਂ ਬਹੁਤ ਜ਼ਿਆਦਾ ਐਂਟਰੈਂਸਾਂ ਨੇ ਵੀ, ਇਹ ਐਂਟਰੈਂਸ ਦੇਖੋ ਕਿੰਨੀ ਘੈਂਟ ਹੈ, ਕਬੂਤਰ ਹੈ ਦੇਖੋ ਹਰੇ ਹਰੇ ਦੇ ਖੰਭ ਨੇ। ਉਰੇ ਇਹਨਾਂ ਦੀ ਟ੍ਰੈਡੀਸ਼ਨਲ ਡਰੈਸ ਪਾ ਕੇ ਵੀ ਇਹ ਫੋਟੋਆਂ ਖਿਚਾਉਂਦੀਆਂ ਨੇ ਚਾਈਨੀ ਕੁੜੀਆਂ। ਉਹ ਦੇਖੋ ਵੀ ਕਰੋਨਾ ਵਾਇਰਸ ਡਾਰਕ ਇਹਨਾਂ ਨੇ, ਉਹ ਵੀ ਐਵੇਂ ਦਾ ਸੀ ਨਾ, ਉਹੀ ਹੈ ਦੇਖੋ।
ਹਲੇ ਪਿਛਲੀ ਇਹ ਜਿਹੜੀ ਇਮਾਰਤ ਦੇਖੀ ਹੁੰਦੀ ਹੈ ਘੈਂਟ ਜੀ, ਉਹ ਜ਼ਹਿਨ 'ਚ ਦਿਮਾਗ 'ਚ ਘੁੰਮ ਰਹੀ ਹੁੰਦੀ ਹੈ ਕਿੰਨੀ ਘੈਂਟ ਚੀਜ਼ ਦੇਖੀ, ਉਹ ਭੁੱਲਣ ਤੋਂ ਪਹਿਲਾਂ ਹੀ ਦੂਜੀ ਉਦੋਂ ਵੀ ਘੈਂਟ ਦਿਖ ਜਾਂਦੀ ਹੈ। ਸੁਣ ਦਹਾਨਾ ਮੈਂ, ਆਹ ਦੇਖੋ ਵੀ ਜਮਾਂ ਐਂ ਜਿਵੇਂ ਮੇਰੀ ਉਂਗਲ ਹੈ ਨਾ, ਐਂ ਬਣਾਈ ਹੋਈ ਹੈ ਇਹਨਾਂ ਨੇ, ਪੂਰੀ ਮੋਲਡ ਹੋ ਰਹੀ ਹੈ ਅਤੇ ਲਾਈਟਿੰਗ ਵੀ ਗੋਲ ਗੋਲ ਚੱਲ ਰਹੀ ਹੈ ਘੁੰਮ ਕੇ। ਆਏ ਉਹ ਪੁਆਇੰਟ ਹੈ ਵੀ ਜਿੱਥੇ ਦੋਏ ਨਦੀਆਂ ਦਾ ਸੁਮੇਲ ਹੁੰਦਾ, ਮਿਲਦੀਆਂ ਨੇ, ਦੇਖੋ ਪਰਾਂ ਤੋਂ ਆ ਰਹੀਆਂ ਨੇ ਅਤੇ ਘੈਂਟ ਜੀ ਬਿਲਡਿੰਗ ਹੈ, ਇਹਦੇ ਉੱਪਰ ਮਸ਼ਹੂਰੀ ਚੱਲ ਰਹੀ ਹੈ ਐਗਰੀਕਲਚਰ ਬੈਂਕ ਆਫ ਚਾਈਨਾ, ਚਾਈਨਾ 'ਚ ਬਹੁਤ ਜ਼ਿਆਦਾ ਬੈਂਕ ਨੇ ਬਈ। ਮੇਰਾ ਦਿਲ ਕਰਦਾ ਵੀ ਇਹ ਬ੍ਰਿਜ ਦੇ ਉੱਪਰ ਜਾ ਕੇ ਵਿਊ ਦੇਖਾਂ, ਇਹਦੇ ਉੱਪਰ ਚੱਲਦੇ ਹਾਂ। ਆਹ ਹੇਠਾਂ ਵੀ ਬਹੁਤ ਵੱਡੀ ਮਾਰਕੀਟ ਹੈ, ਇਹਦੇ ਦੇਖੋ ਆਹ ਉੱਪਰ ਦੀ ਪੁਲ ਹੈ ਸਾਰਾ। ਆਹ ਉਰੇ ਦੇਖੋ ਕੱਪੜੇ ਜੇ ਪਾ ਰੱਖੇ, ਇਹਨਾਂ ਦਾ ਮੈਨੂੰ ਹਿਸਾਬ ਨਹੀਂ ਹੈ, ਪਤਾ ਨਹੀਂ ਇਹ ਵੀ ਪੈਸੇ ਲੈਂਦੀਆਂ ਨੇ ਵੀ ਫੋਟੋ ਖਿਚਾਉਣ ਦੇ, ਸੋਰੀ ਵੀ ਸਾਡੇ ਨਾਲ ਪੈ। ਆਹ ਐਂਟਰੈਂਸ ਜੀ ਹੈ ਬਈ, ਇਹਦੇ ਅੰਦਰ ਵੜ ਕੇ ਦੇਖਦੇ ਹਾਂ ਕੀ ਹੈ ਅੰਦਰ। ਆ ਗਿਆ ਵੀ, ਇਹਦੀ ਛੱਤ ਦੇਖੋ ਲੱਕੜ ਦੀ ਬਣੀ ਹੋਈ ਹੈ, ਕਿੰਨੇ ਮੋਟੇ ਮੋਟੇ ਵਾਲੇ ਨੇ ਬਾਈ, ਬਹੁਤ ਸੋਹਣਾ ਯਾਰ ਅੰਦਰ। ਉਹ ਵੀ ਲਾਈਟਾਂ ਲੂਟਾਂ ਹੈ ਨਾ, ਕਾਫੀ ਕੈਫੇਟੇਰੀਆ ਫੂਡ ਦੇਖੋ ਖਾ ਪੀ ਰਹੇ ਲੋਕ। ਪੌੜੀਆਂ ਚੜ੍ਹ ਕੇ ਜਾ ਰਹੇ ਹਾਂ ਵੀ, 11ਵੇਂ ਫਲੋਰ 'ਤੇ ਜਾਣਾ ਕਿ ਲਿਫਟਾਂ ਫੁੱਲ ਸੀ ਬਈ, 11 ਫਲੋਰ ਪੌੜੀਆਂ ਚੜ੍ਹ ਕੇ ਆਏ ਵੀ ਗਰਮੀ ਆ ਗਈ, ਜੈਕਟ ਕੱਢਤੀ। ਮੈਨੂੰ ਐਵੇਂ ਸੀ ਵੀ ਉੱਪਰ ਆ ਕੇ ਭੀੜ ਘੱਟ ਜੂਗੀ, ਮੇਰਾ ਵਹਿਮ ਸੀ ਬਈ ਇਹਦਾ, ਉੱਪਰ ਦਾ ਭੀੜ ਹੋਰ ਵੀ ਜ਼ਿਆਦਾ ਆ, ਹੇੜਾਂ ਨਾਲੋਂ ਵੀ ਜ਼ਿਆਦਾ ਆ। ਇੰਨੀ ਭੀੜ ਤਾਂ ਵੀ ਦਿੱਲੀ ਦੁੱਲੀ ਵੀ ਨਹੀਂ ਹੁੰਦੀ ਜਿੰਨੀ ਮੈਂ ਉਰੇ ਦੇਖ ਰਿਹਾ, ਬਹੁਤ ਹੀ ਜ਼ਿਆਦਾ ਭੀੜ ਹੈ। ਆਹ ਐਂਟਰੈਂਸ ਹੈ ਬਈ, ਬਹੁਤ ਜ਼ਿਆਦਾ ਕਰਾਉਂਦ ਹੈ, ਅੱਧਾ ਘੰਟਾ ਹੋ ਗਿਆ ਲਾਈਨ 'ਚ ਲੱਗੇ ਨੂੰ। ਘੁੰਮ ਘੁੰਮ ਕੇ ਦੇਖੋ ਪੂਰਾ, ਜਿਵੇਂ ਮੱਥਾ ਟੇਕਣ ਜਾਂਦੇ ਹੁੰਦੇ ਆਪਾਂ। ਉੱਪਰ ਬੋਡੀ ਸੋਹਣੀ ਛੋਟੀ ਜਿਹੀ ਮਾਰਕੀਟ ਲੱਗੀ ਹੋਈ ਹੈ। ਆਹ ਦੇਖੋ ਵੀ ਉਰੇ ਅਲੱਗ ਅਲੱਗ ਫਰੂਟ ਵਿਕ ਰਹੇ ਆ, ਤੁਸੀਂ ਕੋਈ ਵੀ ਲੈ ਸਕਦੇ ਹੋ, ਇੱਥੇ ਕੀਮਤ ਲਿਖੀ ਹੋਈ ਹੈ 250 ਗ੍ਰਾਮ ਫਰੂਟ ਹੈ 8.5 ਜਵਾਨ ਦਾ। ਪਿੰਡੀ ਦੇਖੋ ਕਿੰਨੀ ਘੈਂਟ ਬਣਾ ਰਹੇ ਬਈ। ਆਹ ਦੇਖੋ ਜੀ ਪਾਪੜ ਦੇ ਕੀ ਨੇ, ਆਹ ਘੈਂਟ ਹੈ ਵੀ, ਜਿਵੇਂ ਆਪਣੇ ਬਰੂੰਡੇ ਨਹੀਂ ਹੁੰਦੇ ਬਾਈ। ਕਿੰਨਾ ਸੋਹਣਾ ਵਿਊ ਹੈ ਇੱਥੋਂ ਦੇਖੋ ਉੱਪਰ ਆ ਕੇ, ਆਹ ਪਤਾ ਨਹੀਂ ਕੀ ਉੱਭਰ ਰਿਹਾ ਯਾਰ, ਪਹਿਲੀ ਵਾਰ ਦੇਖ ਰਿਹਾ ਮੈਂ, ਅਜੀਬ ਜੀ ਆਲੂਆਂ ਦਾ ਬਣਾ ਰਹੀ ਹੈ ਬੀਬੀ ਛਿੱਲਰ ਹੀ ਆਲੂ। ਮੈਂ ਜਾਣਾ ਸੀ ਬ੍ਰਿਜ ਉੱਪਰ, ਐਨੀ ਲਹਿਰ ਚਲਾ ਕੇ ਫਿਰ ਉਹੀ ਬਿਲਡਿੰਗ ਦੀ ਮਾਰਕੀਟ 'ਚ ਆ ਗਿਆ, ਕੰਪਲੀਕੇਟਡ ਰਾਹ ਨੇ ਉਰੇ ਬਹੁਤ ਜ਼ਿਆਦਾ। ਕਿੰਨੇ ਘੈਂਟ ਲੱਗੇ ਹੋਏ ਆ ਗਲ 'ਚ ਪਾਉਣ ਵਾਸਤੇ, ਗਰਮੀ ਵੀ ਪੈ ਜਾਂਦੀ ਹੈ। ਪੁਲ ਦੇ ਉੱਪਰ ਤਾਂ ਜਾ ਕੇ ਹਿੜਨਾ ਕਿ ਉੱਥੋਂ ਵਿਊ ਬਾਹਲਾ ਜ਼ਬਰਦਸਤ ਹੈ ਯਾਰ। ਔਰੇ ਖੜੀਆਂ ਨੇ ਬੀਬੀਆਂ ਫੁੱਲ ਜੇ ਲੈ ਕੇ, ਦੇਖੋ ਕਿੰਨੇ ਸੋਹਣੇ ਲੱਗ ਰਹੇ ਆ, ਸਾਰਾ ਕੁਛ ਲਾਈਟ ਵਾਲਾ ਹੈ ਬਈ। ਇੱਕ ਘੰਟਾ ਹੋ ਗਿਆ ਮੈਨੂੰ, ਬੜਾ ਕੰਪਲੀਕੇਟਡ ਰਾਹ ਹੈ ਯਾਰ, ਦੇਖੋ ਆਹ ਰਾਹ ਜਿਹੜਾ ਹੇਠਾਂ ਤੋਂ ਆ ਰਿਹਾ ਲੋਕ, ਆਹ ਘੁੰਮ ਫਿਰ ਕੇ ਆਉਣਾ ਪਊਗਾ ਐਡੀ ਦੂਰੋਂ। ਲਾਈਟਾਂ ਜੀਆਂ ਕਰੰਟ ਤਾਂ ਨਹੀਂ ਮਾਰਦੀ, ਵਾਓ ਟਿਊਬਾਂ ਜੀਆਂ ਹੈ ਨਾ, ਐਲਸੀਡੀਆਂ ਵਾੜੀਆਂ ਤਗੜੀਆਂ ਲਾਈਆਂ ਹੋਈਆਂ ਨੇ ਇਹਨਾਂ ਨੇ ਸਾਰੀਆਂ ਬਿਲਡਿੰਗਾਂ 'ਤੇ। ਆਹ ਸਾਹਮਣੇ ਵਾਲੀ ਤੁਸੀਂ ਦੇਖੋ, ਇੱਕ ਘੰਟਾ ਲੱਗ ਗਿਆ ਮੈਨੂੰ ਸਿਰਫ ਬ੍ਰਿਜ ਤੱਕ ਜਾ, ਹੁਣ ਤੱਕ ਤਾਂ ਮੈਂ ਬ੍ਰਿਜ ਘੁੰਮ ਕੇ ਆ ਜਾਂਦਾ, ਤਾਂ ਇਹਦੇ ਉੱਪਰ ਦੀ ਛਾਲ ਮਾਰ ਕੇ ਉਹ ਆ ਗਿਆ ਬਈ। ਨਹੀਂ ਇੰਨੀ ਉੱਪਰ ਦੀ ਫਿਰ ਘੁੰਮ ਕੇ ਆਉਣਾ ਪੈਂਦਾ ਯਾਰ, ਬਾਹਲੇ ਪੁੱਠੇ ਰਾਹ ਬਣਾਏ ਹੋਏ ਚੀਨੀਆਂ ਨੇ। ਸਰਕਾਰ ਵਧੀਆ ਸਫਾਈ ਕਰਦੀ ਹੈ ਨਹੀਂ, ਲੋਕਾਂ ਨੇ ਗੰਦ ਪਾਉਣ 'ਤੇ ਕਸਰ ਕੋਈ ਨਹੀਂ ਛੱਡੀ ਹੋਈ, ਇਹਦਾ ਹਿਸਾਬ ਲਾ ਟੂਰਿਸਟ ਕਿੰਨਾ ਗੰਦ ਹੁਣ। ਬ੍ਰਿਜ 'ਤੇ ਪਹੁੰਚ ਗਏ ਅਤੇ ਉੱਪਰ ਦੀ ਵੀ ਪੂਰਾ ਰੋਡ ਹੈ ਹੇਠਾਂ ਦੀ, ਇਹਦੇ ਮੈਟਰੋ ਲੈਣ ਹੈ ਜਿਹੜੀ ਥਾਂ 'ਤੇ ਮੈਂ ਤੁਰ ਰਿਹਾ, ਅਤੇ ਹੇਠਾਂ ਪੂਰਾ ਸਟੇਸ਼ਨ ਹੈ ਬਹੁਤ ਵੱਡਾ। ਸੈਂਟਰ ਵਾਲੀ ਬਿਲਡਿੰਗ ਦੇਖੋ ਵੀ ਕਿੰਨੀ ਘੈਂਟ ਇਹਦੇ ਲਾਈਟਿੰਗ ਚੱਲ ਰਹੀ ਹੈ ਇੱਧਰਲੀ 'ਤੇ ਵੀ। ਆਪਣੇ ਤਾਂ ਜਦੋਂ ਚਲਾਨ ਕੱਟਦਾ ਉਦੋਂ ਕੈਮਰੇ ਫਲੈਸ਼ਾਂ ਮਾਰਦੇ, ਔਰ ਇਹ ਵੀ ਜਦੋਂ ਬੰਦੇ ਲੰਘਦੇ ਆ ਜਾਂ ਕੋਈ ਵੀ ਵਹੀਕਲ ਆ ਤਾਂ ਉਹਦੀ ਫਲੈਸ਼ਾਂ ਮਾਰਦੇ, ਡਿਟੈਕਟ ਕਰਦੇ ਵੀ ਹਰ ਐਕਟੀਵਿਟੀ, ਹਰ ਕਿਧਰੇ ਭੀੜ ਹੈ ਬਈ। ਉਰੇ ਵੀ ਦੇਖੋ ਕਿੰਨੀ ਜ਼ਿਆਦਾ ਭੀੜ ਹੈ, ਇੰਨੀ ਹਾਈਟ 'ਤੇ ਆ ਗਏ ਵੀ। ਬਿਲਡਿੰਗ 'ਤੇ ਵੀ ਟੋਲ ਜਿਹਾ ਪਾਇਆ ਦੇਖੋ, ਪੂਰੀਆਂ ਗੋਲ ਗੋਲ ਲਾਈਟਾਂ ਚੱਲ ਰਹੀਆਂ ਨੇ ਜਿਵੇਂ ਟੋਲ ਦੇ ਆਲੇ ਦੁਆਲੇ ਲਾਈਟਾਂ ਚੱਲਦੀਆਂ ਹੁਣ, ਪੂਰੀ ਟੇਢੀ ਬਣੀ ਹੋਈ ਹੈ ਵੀ ਬਿਲਡਿੰਗ ਜਿਵੇਂ ਐ ਬਈ। ਇੰਨਾ ਕਰਾਊਡ ਹੈ ਨਾ, ਮੇਰੀ ਤਾਂ ਫੋਟੋ ਹੀ ਨਹੀਂ ਇੱਕ ਵੀ ਸਹੀ ਹੈਗੀ, ਇੰਨੀਆਂ ਖਿੱਚ ਲਈਆਂ ਮੈਂ। ਉਰੇ ਵੀ ਦੇਖੋ ਲੈ ਦੇਖਿਓ, ਓ ਬਾਈ ਹੁਣ ਕੀ ਕਿੱਥੋਂ ਖਿੱਚੇ ਬੰਦਾ ਫੋਟੋ।
ਕਿੰਨੀ ਜ਼ਿਆਦਾ ਭੀੜ ਹੈ, ਬੰਦੇ ਦੇ ਬੰਦਾ ਚੜ੍ਹਿਆ ਹੋਇਆ, ਇੱਧਰੇ ਮਾਤਰ ਕੁੜੀਆਂ ਫੋਟੋ ਖਿੱਚਿਆ, ਹੇ ਨਿਹਾਓ ਆਹ ਬਈ ਵਿਊ ਚੈੱਕ ਕਰੋ ਵੀ ਉੱਪਰੋਂ, ਵਾਹ ਯਾਰ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਿਹਾ, ਮੁੱਲ ਮੁੜ ਗਿਆ ਵੀ ਇੰਨਾ ਉੱਪਰ ਪੌੜੀਆਂ ਚੜ੍ਹਨ ਦਾ। ਉਰੇ ਖੜ ਕੇ ਮੇਰੇ ਦਿਮਾਗ 'ਚ ਉਹੀ ਪੰਜਾਬ ਵਾਲੀ ਗੱਲ ਆ ਰਹੀ ਹੈ, ਜੇ ਕਾਸ਼ੇ ਪੁੱਲ ਡਿੱਗ ਗਿਆ ਸਾਰੇ ਹੇਠਾਂ ਜਾਣਗੇ, ਇੰਨੀ ਜ਼ਿਆਦਾ ਹਾਈਟ 'ਤੇ ਆ ਸੀ ਨਦੀ ਤੋਂ, ਬਹੁਤ ਜ਼ਿਆਦਾ ਖੂਬਸੂਰਤ ਲੱਗ ਰਿਹਾ ਬਈ, ਵਾਓ ਸੋ ਬਿਊਟੀਫੁੱਲ। ਆਹ ਦੇਖੋ ਇੰਨੀ ਹਾਈਟ 'ਤੇ ਜਾ ਕੇ ਨਾ ਸਾਰਾ ਕੁਛ ਇੱਕ ਫਰੇਮ 'ਚ ਆ ਰਿਹਾ, ਪਿੱਛੇ ਸਾਰੀਆਂ ਬਿਲਡਿੰਗ ਆ ਅਤੇ ਆ ਹੋਂ ਦੋਨੋਂ, ਓ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਵੀ ਦੂਰੋਂ ਦਾ, ਵਾਓ। ਰਾਤ ਦੇ 11:30 ਵੱਜ ਗਏ ਬਈ, ਟਿਕਟ ਕੋਈ ਨਹੀਂ ਕੱਲ੍ਹ ਨੂੰ ਜਾਣ ਵਾਸਤੇ ਹੈ ਨਾ, ਸਾਰੀਆਂ ਮਤਲਬ ਨਿਊ ਈਅਰ ਕਰਕੇ ਸਾਰੀਆਂ ਸੋਲਡ ਆਊਟ ਨੇ, ਖੜ੍ਹਨ ਵਾਲੀ ਹੈ ਵੀ, ਉਰੇ ਤੁਸੀਂ ਟਿਕਟ ਲੈ ਕੇ ਖੜ੍ਹ ਕੇ ਜਾ ਸਕਦੇ ਹੋ ਟ੍ਰੇਨ 'ਚ। ਅਤੇ ਮੈਂ ਜਾਣਾ ਸੀ ਇੱਥੋਂ ਸ਼ਿਆਨ, ਬਹੁਤ ਜ਼ਿਆਦਾ ਪੁਰਾਣਾ ਸ਼ਹਿਰ ਹੈ, ਅਤੇ ਸ਼ਿਆਨ ਦੇ ਲੱਗਣਗੇ ਵੀ 9-10 ਘੰਟੇ ਲੱਗਣਗੇ, 9-10 ਘੰਟੇ ਦਾ ਖੜ੍ਹ ਨਹੀਂ ਸਕਦਾ। ਅਤੇ ਇੱਥੋਂ ਇੱਕ ਜ਼ਿੰਗ ਜ਼ਿਆਜ਼ੀ ਹੈ, ਉਹ ਨੇੜੇ ਹੈ, ਉਹ 6 ਘੰਟਿਆਂ ਦਾ ਰਾਹ ਹੈ, ਜਿੱਥੇ ਉਹ ਅਵਤਾਰ ਫਿਲਮ ਬਣੀ ਸੀ ਉਹ ਸ਼ੀਸ਼ੇ ਵਾਲਾ ਬ੍ਰਿਜ ਹੈ। ਕਨਫਿਊਜ਼ ਆ ਹੁਣ, ਮੈਂ ਦੇਖਦਾ ਵੀ ਰਾਹ ਰੂਹ 'ਚ ਕੋਈ ਹੋਰ ਥਾਂ ਚੂਜ਼ ਕਰੂੰਗਾ। ਚਲੋ ਚੱਲਦੇ ਹਾਂ ਵਾਪਸ ਯਾਰ, ਘੁੰਮਦੇ ਘੁੰਮਦੇ, ਬਹੁਤ ਹੀ ਖੂਬਸੂਰਤ ਵਿਊ ਹੈ ਬਈ। ਅੱਜ ਵੀ ਆਪਾਂ ਚੱਲੇ ਹਾਂ ਜੰਗ ਜ਼ਿਆਜ਼ੀ, ਅਤੇ ਰਾਤ ਕਾਫੀ ਲੇਟ ਹੋ ਗਿਆ ਸੀ, ਤਾਂ ਦਿਨ ਦੇ ਵੱਜ ਗਏ ਵੀ 10:20, ਅੱਜ ਬੱਦਲਬਾਈ ਜੀ ਹੈ ਕਾਫੀ, ਅਤੇ ਮੇਰੀ ਟਿਕਟ ਨਹੀਂ ਹੈਗੀ ਯਾਰ ਜੰਗ ਜਾਗੀ ਤੱਕ, ਕਿਉਂਕਿ ਉਹ 400 ਕਿਲੋਮੀਟਰ ਹੈ, ਅਤੇ ਟਿਕਟ ਮੇਰੀ ਬੁੱਕ ਹੋਈ ਹੈ ਵੀ ਸਿਰਫ 90 ਕਿਲੋਮੀਟਰ ਤੱਕ, ਅਤੇ ਦੇਖਦੇ ਹਾਂ ਅੱਗੇ ਕੀ ਬਣਦਾ ਯਾਰ। ਮੈਂ ਜਾ ਰਿਹਾ ਵੀ ਅੱਜ ਰੇਲਵੇ ਸਟੇਸ਼ਨ ਨੌਰਥ ਜਾ ਰਿਹਾ, ਉੱਦਣ ਆਪਾਂ ਹੋਰ ਤੋਂ ਆਏ ਸੀ, ਅੱਜ ਜਾ ਹੋਰ ਤੋਂ ਰਹੇ ਹਾਂ। ਰੇਲਵੇ ਸਟੇਸ਼ਨ ਦੇ ਆਉਣ ਸਾਰ ਵੀ ਆਪਣੀਆਂ ਫੋਟੋਆਂ ਹੀ ਫੋਟੋਆਂ, ਨਿਹਾਓ ਇਹ ਰੇਲਵੇ ਸਟੇਸ਼ਨ ਵੀ ਕਾਫੀ ਵੱਡਾ ਹੈ, ਅਤੇ ਹਜੇ ਟਾਈਮ ਪਿਆ ਆਪਣੀ ਟ੍ਰੇਨ 'ਚ ਕਾਫੀ। ਮੈਂ ਉਰੇ ਖੜ੍ਹ ਕੇ ਰੀਲ ਬਣਾ ਰਿਹਾ ਸੀ ਵੀ ਇਹ ਕੁੜੀ ਆਈ, ਕਹਿੰਦੀ ਤੈਨੂੰ ਕੋਈ ਹੈਲਪ ਦੀ ਲੋੜ ਹੈ, ਇੰਨੇ ਵਧੀਆ ਲੋਕ ਨੇ ਯਾਰ, ਇੰਨਾ ਯੂਨੀਕ ਐਕਸਪੀਰੀਅੰਸ ਹੈ ਚਾਈਨਾ 'ਚ, ਬਸ ਜਿਵੇਂ ਦੀ ਇਮੇਜ ਇਹਦੀ ਪੋਰਟਰੇਟ ਕੀਤੀ ਗਈ ਹੈ ਉਦੋਂ ਬਿਲਕੁਲ ਯੂਨੀਕ ਅਤੇ ਉਲਟ ਦੇਖਣ ਨੂੰ ਮਿਲ ਰਿਹਾ ਮੈਨੂੰ, ਇੰਨੇ ਵੈਲਕਮਿੰਗ ਲੋਕ ਮੈਂ ਵੀ ਅੱਜ ਤੱਕ ਕਿਸੇ ਕੰਟਰੀ 'ਚ ਦੇਖੇ ਹੀ ਨਹੀਂ, ਰੋਜ਼ 100-100 ਬੰਦਾ ਫੋਟੋਆਂ ਖਿਚਵਾਉਂਦਾ, ਇੰਨੀ ਜ਼ਿਆਦਾ ਭੀੜ ਹੈ ਫਿਰ ਵੀ ਮਤਲਬ ਤੁਹਾਨੂੰ ਸਾਰੇ ਲੋਕ ਉਰੇ ਬੈਠੇ ਹੀ ਮਿਲਣਗੇ ਆਲਮੋਸਟ। ਬੋਰਡਿੰਗ ਹੋ ਗਈ ਵੀ ਆਪਣੀ ਸਟਾਰਟ, ਨਵੇਂ ਸਾਲ ਕਰਕੇ ਵੀ ਸਾਰਾ ਚੀਨੀ ਵੀ ਟਰੈਵਲ ਕਰ ਰਿਹਾ। 12 ਨੰਬਰ ਡੱਬਾ ਹੈ ਆਪਣਾ, ਔਰ ਇਹਨਾਂ ਵੀ ਟ੍ਰੇਨਾਂ ਦੇ 20 ਡੱਬੇ ਹੁੰਦੇ ਆ, ਡੱਬੇ ਦੇ ਅੰਦਰ ਤੱਕ ਵੀ 3ਵੀ ਉਰੇ ਟਿਕਟ ਚੈਕਿੰਗ ਹੁੰਦੀ ਹੈ, 2 ਪਹਿਲਾਂ ਹੋ ਚੁੱਕੀ ਹੈ। ਦੇਖੋ ਮੇਰਾ ਡੱਬਾ ਹੈ ਵੀ 12, ਮੈਨੂੰ ਲੱਗਿਆ ਕਿਤੇ 2 ਹੈ ਬਈ, ਪਿੱਛੇ ਤੋਂ ਮੈਂ ਅੱਗੇ ਤੱਕ ਜਾ ਰਿਹਾ, ਟ੍ਰੇਨ ਤੁਰਨ 'ਚ ਸਿਰਫ 5-7 ਮਿੰਟ ਰਹਿ ਗਏ। ਸੋਣ ਵਾਲੀ ਵੀ ਮੇਰਾ ਡੱਬਾ ਹੈ, ਦੇਖੋ ਇਹਦੇ ਵਿੱਚ 3 ਹੁੰਦੀਆਂ ਨੇ, ਦੇਖਦੇ ਹੁਣ ਅੱਗੇ ਵੀ ਕੀ ਬਣੂਗਾ, ਕਿਉਂਕਿ 100 ਕਿਲੋਮੀਟਰ ਤੱਕ ਹੀ ਮੇਰੀ ਇਹ ਬੁੱਕ ਹੈ, ਅੱਗੇ ਮੈਂ ਟੀ ਟੀ ਨਾਲ ਗੱਲ ਕਰਦਾ। ਆਹ ਲੋਕ ਬੈਠੇ ਵੀ ਇੱਧਰ ਸਾਈਡ 'ਤੇ ਸਾਰੇ, ਬੱਚੇ ਵੀ ਬਹੁਤ ਜ਼ਿਆਦਾ ਕਿਊਟ ਨੇ, ਦੇਖੋ ਖੇਡ ਰਹੇ ਆ, ਨਾਲ ਪਾਂਡਾ ਵੀ ਪੈਂਡਾ ਵੀ ਰੱਖਿਆ। ਪੁਲ ਦੇਖੋ ਵੀ ਕਿੰਨੇ ਜ਼ਬਰਦਸਤ ਨੇ, ਸਾਹਮਣੇ ਹਾਈ ਸਪੀਡ ਵਾਲੀ ਟ੍ਰੇਨ ਜਾ ਰਹੀ ਆ। ਆਹ ਟੀ ਟੀ ਨਾਲ ਕਰੀਏ ਵੀ ਗੱਲ ਯਾਰ, ਇਹ ਲੈ ਕੇ ਜਾ ਰਿਹਾ, ਪਤਾ ਨਹੀਂ ਕਿੱਥੇ ਲੈ ਕੇ ਜਾਊਗਾ ਪੱਟੂ। ਬਈ ਇੱਥੇ ਤੁਸੀਂ ਟਿਕਟ ਚੇਂਜ ਕਰਾ ਸਕਦੇ ਹੋ, ਉਰੇ ਸਾਰੇ ਬੈਠ ਕੇ ਖਾ ਰਹੇ, ਔਰ ਇਹਨਾਂ ਦਾ ਮੇਨ ਟੀ ਟੀ ਹੈ ਬਈ, ਮੇਰੀ ਟਿਕਟ ਚੇਂਜ ਕਰਤੀ ਇਹਨੇ ਭਾਈ ਸਾਹਿਬ ਨੇ। ਆਹ ਰੈਸਟੋਰੈਂਟ ਦਾ ਵੀ ਸਾਰਾ ਮੈਨਿਊ ਹੈ ਬੇਬੇ, ਆਹ ਬ੍ਰੇਕਫਾਸਟ ਲਿਆ ਵੀ ਲੱਗ, ਆਹ ਲੰਚ ਯਾਰ 1 'ਚ ਅੰਡਾ ਹੈ ਦੇਖੋ, ਸਬਜ਼ੀਆਂ ਨੇ, ਚੌਲ ਨੇ, ਆਹ ਮੀਟ ਹੈ ਬਈ, ਘੈਂਟ ਲੰਚ ਹੈ ਯਾਰ। ਇਹਦੀ ਕੀਮਤ ਹੈ ਵੀ 300 ਰੁਪਈਆ ਇਹ ਪੂਰੇ ਸੈੱਟ ਦੀ, ਠੀਕ ਹੈ ਯਾਰ, ਕੋਈ ਮਹਿੰਗਾ ਨਹੀਂ ਹੈਗਾ ਟ੍ਰੇਨ ਦੇ ਹਿਸਾਬ ਨਾਲ। ਹੈਲੋ ਨਿਹਾਓ, ਆਹ ਸਾਰੀ ਲੈਣ ਵੀ ਟਿਕਟ ਕਨਵਰਟ ਕਰਾਉਣ ਵਾਲੇ ਦੀ ਲੱਗੀ ਹੈ,
ਦੇਖੋ ਮੇਰੀ ਪਹਿਲਾਂ ਕਰਤੀ ਵੀ ਕਿਉਂਕਿ ਮੈਂ ਬਾਹਰਲੇ ਮੁਲਕ ਵਾਲਾ ਸੀ, ਕਿੰਨੇ ਵਧੀਆ ਲੋਕ ਨੇ। ਕੈਮਰਾ ਲੱਗਿਆ ਟ੍ਰੇਨ 'ਚ ਪੁਰਾਣੇ ਟਾਈਪ ਦਾ, ਇਹਨਾਂ ਦੀ ਫਸਟ ਕਲਾਸ ਹੈ। ਬਹੁਤ ਜ਼ਬਰਦਸਤ ਵਿਊ ਹੈ ਬਾਈ, ਵਾਓ ਬਾਈ। ਮੇਰਾ ਡੱਬਾ ਜਮਾ ਅੱਗੇ ਹੈ ਅਤੇ ਉਰੇ ਨਾ ਹਰ ਡੱਬੇ 'ਚ ਇੱਕ ਟੀ ਟੀ ਦਾ ਹੁੰਦਾ, ਉਹਨਾਂ ਦੇ ਉੱਪਰ ਦੀ ਇੱਕ ਮੇਨ ਹੁੰਦਾ, ਉਹ ਜਿਹੜਾ ਇਹ ਸਾਰਾ ਕੁਛ ਕਰਦੇ ਚੇਂਜ ਚੂਜ ਟਿਕਟ। ਉਹਨੇ ਆਪਣੀ ਟਿਕਟ ਕਰਤੀ ਵੀ, ਦੇਖੋ ਸਾਰੇ ਲੋਕ ਖੜੇ ਸੀ ਲੋਕਲ ਲਾਈਨ 'ਚ, ਮੈਨੂੰ ਪਹਿਲ ਦਿੱਤੀ ਐਨੇ ਵਧੀਆ ਲੋਕ ਨੇ। ਆਹ ਦੇਖੋ ਸਫਾਈ ਹੋ ਰਹੀ ਹੈ ਨਾਲ ਦੀ ਨਾਲ। ਆਹ ਨਦੀ ਜੀ ਹੈ ਵੀ, ਉਰੇ ਵੀ ਪੋਰਟ ਹੈ। ਥੋੜ੍ਹਾ ਜਿਹਾ ਕਸਬਾ ਹੈ ਪਹਾੜਾਂ ਦੇ ਵਿੱਚ, ਉਰੇ ਵੀ ਕਿੰਨੇ ਕਿੰਨੇ ਵੱਡੀਆਂ ਰੀਵਰ, ਦੇਖੋ ਕਿੰਨੀ ਘੈਂਟ ਹੈ, ਕਿੰਨਾ ਸਾਫ਼ ਪਾਣੀ ਹੈ। ਬੱਚੇ ਬੜੇ ਕਿਊਟ ਨੇ ਯਾਰ, ਬਹੁਤ ਬਹੁਤ ਦਿਲ ਦੀ ਹੈ ਵੀ। ਦੇਖੋ ਮੂੰਹ 'ਚ ਚਮਚਾ ਪਾਈ ਜਾਂਦਾ, ਕਿਵੇਂ ਦੇਖ ਰਹੇ ਆਜਾ। ਹਾਂ ਹਾਏ ਹਾਏ, ਮੇਰੇ ਪਹਾੜ 'ਤੇ ਟਨ ਵਾਲਾ ਵਿੱਚ ਦੀ ਜਾ ਰਹੀ ਹੈ, ਇੰਨਾ ਯੂਨੀਕ ਆਰਕੀਟੈਕਚਰ ਦੇਖਣ ਨੂੰ ਮਿਲ ਰਿਹਾ ਨਾ, ਮੈਂ ਪਤਾ ਨਹੀਂ ਕਿੱਧਰੋਂ ਪੁਲ ਕੱਢ ਰੱਖਿਆ ਬਾਈ। ਅਤੇ ਜਦੋਂ ਖਾਣਾ ਖਾ ਰਿਹਾ ਸੀ, ਖਾਣਾ ਬਹੁਤ ਸਵਾਦ ਸੀ ਵੀ, ਲਾਜਵਾਬ ਖਾਣਾ ਸੀ ਯਾਰ, ਮਜ਼ਾ ਆ ਗਿਆ ਖਾ ਕੇ। ਆਹ ਦੇਖੋ ਲੈ ਕਿੱਥੋਂ ਕਿੱਥੋਂ ਜੀ ਇਹਨੂੰ ਸੜਕਾਂ ਨੇ। ਆਹ ਛੋਟੀ ਜਿਹੀ ਰੀਵਰ, ਇਹਦਾ ਪਾਣੀ ਵੀ ਦੇਖੋ ਕਿੰਨਾ ਸਾਫ਼ ਹੈ, ਬਾਲਾ ਹੀ ਕਿਊਟ ਹੈ ਵੀ ਇਹ ਬੱਚਾ ਦਾ। ਨਿਹਾਓ, ਹੈਲੋ ਸਿੱਧੂ, ਬਹੁਤ ਘੈਂਟ ਨੇ, ਹੈਲੋ, ਕਿੰਨਾ ਕਿਊਟ ਹੈ ਬਾਈ। ਮੈਂ ਤਾਂ ਮੇਰਾ ਬਚਪਨ ਯਾਦ ਆ ਗਿਆ ਯਾਰ ਇਹਨੂੰ ਦੇਖ। ਘਰ ਜਾ ਦੇਖੋ ਵੀ ਕਿੱਥੇ, ਵਾਓ ਯਾਰ। ਰਾਹ ਵਿੱਚ ਦੀ ਵੀ ਇਹਨਾਂ ਦੀ ਨਦੀ ਲੰਘ ਕੇ ਗਈ ਹੈ, ਜਿਵੇਂ ਆਪਣੇ ਗੰਗਾ, ਉੱਥੇ ਵੀ ਇਹਨਾਂ ਨੇ ਪੋਰਟ ਬਣਾਏ ਹੋਏ ਆ ਵੀ, ਮਤਲਬ ਸਮਾਨ ਕਿਧਰੇ ਵੀ ਹੋਵੇ ਪਹਾੜਾਂ 'ਚ ਹੋਵੇ, ਇਹਨਾਂ ਨੇ ਸਸਤੇ ਦੇ ਸਸਤੇ 'ਚੋਂ ਪਹੁੰਚਾਉਣਾ ਹੈ ਬਾਈ। ਬਹੁਤ ਜ਼ਿਆਦਾ ਤਰੱਕੀ ਹੈ ਦੇਸ਼ ਦੀ। ਆਹ ਦੇਖੋ ਪਹਾੜਾਂ ਦੇ ਵਿੱਚ ਰੋਡ ਦੇਖੋ ਕਿੰਨੇ ਜ਼ਬਰਦਸਤ ਨੇ ਯਾਰ, ਘਰ ਘੁਰ ਜੇ ਕਿੰਨੇ ਜ਼ਿਆਦਾ ਵਸਾਏ ਹੋਏ ਆ ਬਾਈ। ਟਰੱਕ ਟਰੁੱਕ ਬਹੁਤ ਖੜ੍ਹੇ ਆ ਦੇਖੋ, ਪੂਰੀ ਪੱਕੀ ਹੈ, ਨਾਲੇ ਛੋਟੀ ਜਿਹੀ ਨਦੀ ਹੈ, ਬੜਾ ਹੀ ਲਾਜਵਾਬ ਵਿਊ ਹੈ ਯਾਰ। ਕਾਰਾਂ ਹੀ ਕਾਰਾਂ ਖੜੀਆਂ ਨੇ, ਕਿੱਥੇ ਲਿਟ ਗਿਆ ਦੇਖੋ, ਬਾਲਾ ਕਿਤੇ ਧੀ ਹੈ ਬਈ। ਉਹ ਗੁੱਟਿਆ ਜਮਾਂ ਬਜ਼ਾਰ ਮੈਂ। ਵਿਊ ਦੇਖੋ ਵੀ ਕਿੰਨਾ ਜ਼ਬਰਦਸਤ ਹੈ ਡੈਮ ਦਾ, ਪਹਾੜਾਂ 'ਚ ਵੀ ਸ਼ਹਿਰ ਦੇਖੋ ਕਿੰਨੇ ਸੋਹਣੇ, ਕਿੰਨੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਈਆਂ ਪਈਆਂ ਨੇ, ਅਤੇ ਕਿੰਨੇ ਸੋਹਣੇ ਸੋਹਣੇ ਰੋਡ ਨੇ ਬਾਈ। ਕਿੱਥੇ ਕਿੱਥੇ ਦੇਖੋ ਇਹਨਾਂ ਨੇ ਪੁਲਾ ਬਣਾ ਰੱਖਿਆ ਬਾਈ, ਨੇਰੀ ਪਹਾੜਾਂ ਵਿੱਚ ਦੀ ਜਾ ਰਿਹਾ ਦੇਖੋ ਕਿੰਨੀ ਜ਼ਿਆਦਾ ਹਾਈਟ। ਯਾਤਰਾ ਹੈ ਨਾ ਵੀ ਜਿਹੜੀ ਟ੍ਰੇਨ ਲਾਈਨ ਹੈ ਡੈਮਾਂ ਉੱਪਰ ਦੀ ਆ, ਬਹੁਤ ਉੱਚੇ ਉੱਚੇ ਬ੍ਰਿਜ ਨੇ, ਬਾਰਡਰ ਐਂਟਰ ਕਰਕੇ ਅਬਜ਼ਰਵ ਕੀਤਾ ਹੁਣ ਤੱਕ। ਇੱਕ ਸਾਈਡ ਤਾਂ ਗੰਦਗੀ ਹੈ, ਦੁਨੀਆਂ ਦਾ ਸਭ ਤੋਂ ਗੰਦਾ ਸਿਸਟਮ ਹੈ, ਅਤੇ ਬੇਰੁਜ਼ਗਾਰੀ ਹੈ, ਅਨਪੜ੍ਹਤਾ ਹੈ, ਅਤੇ ਸਰਹੱਦ ਤੋਂ ਦੂਜੇ ਪਾਸੇ ਹੈ ਨਾ ਦੁਨੀਆਂ ਦਾ ਨੰਬਰ ਵਨ ਇਨਫਰਾਸਟ੍ਰਕਚਰ ਹੈ, ਠੀਕ ਹੈ, ਵਧੀਆ ਜ਼ਿੰਦਗੀ ਹੈ ਲੋਕਾਂ ਦੀ, ਤਾਂ ਡਿਵੈਲਪਮੈਂਟ ਹੈ ਨਹਿਰਾ, ਸਰਹੱਦਾਂ ਕਾਫੀ ਕੁਛ ਬਦਲ ਦਿੰਦੀਆਂ ਨੇ ਯਾਰ, ਸੱਚੀ ਉਹ ਦਿਖ ਰਿਹਾ ਅੱਖਾਂ ਨਾਲ ਦਿਖ ਰਿਹਾ, ਅਤੇ ਜਰਨੀ ਸੱਚੀ ਯਾਦਗਾਰੀ ਹੈ। ਮੈਂ 200 ਕਿਲੋਮੀਟਰ ਆ ਗਿਆ, ਇਹ ਗੱਡੀ ਤਾਂ ਇਹਨਾਂ ਦੀ ਆਰਡਨਰੀ ਹੈ, ਪੁਰਾਣੇ ਬੈੱਡ ਜਿਹੀ ਲੱਗੇ ਹੋਏ ਆ, ਪਰ ਵਧੀਆ ਠੀਕ ਹੈਗਾ, ਕਾਫੀ ਪੁਰਾਣੀ ਰੇਲ ਗੱਡੀ ਹੈ। 6:54 ਦਾ ਟਾਈਮ ਹੈ ਆਪਣਾ ਪਹੁੰਚਣ ਦਾ, ਪਹੁੰਚ ਗਏ ਬਈ ਆਲਮੋਸਟ, ਦੇਖੋ ਬੈਸਟ ਰੇਲਵੇ ਸਟੇਸ਼ਨ ਦੇ ਪਹੁੰਚ ਗਏ ਵੀ ਆਪਾਂ। ਜ਼ਿੰਗ ਜ਼ਿਆਜ਼ੀ, ਅਤੇ ਮੇਰਾ ਡੱਬਾ ਬਾਹਲੀ ਦੂਰ ਸੀ, ਬਾਹਲਾ ਵੱਡਾ ਸਟੇਸ਼ਨ ਹੈ ਇਹ, ਬੈਸਟ ਸਟੇਸ਼ਨ ਹੈ ਬਾਹਰ ਹੈ ਮੇਨ ਸਿਟੀ ਤੋਂ। ਆਹ ਦੇਖੋ ਵੀ ਇੱਥੇ ਸਾਰਾ ਕੂੜਾ ਕਰਕਟ ਕੱਢਤਾ ਇਹਨਾਂ, ਇੱਥੇ ਠੰਡ ਬਹੁਤ ਜ਼ਿਆਦਾ ਵੀ, ਮੀਂਹ ਮੂੰਹ ਪਿਆ, ਇੱਕ ਆਪਾਂ ਪਹਾੜਾਂ 'ਚ ਆ ਗਏ ਹੁਣ ਸਮਝ ਲਓ, ਐਲਟੀਟਿਊਡ ਉਰੇ ਜ਼ਿਆਦਾ ਹੈ। ਐਗਜਿਟ ਤਾਂ ਉਰੇ ਲਿਖਿਆ ਪਰ ਕੋਈ ਜਾ ਨਹੀਂ ਰਿਹਾ ਹੇਠਾਂ, ਚੱਕਰ ਕੀ ਹੋਵੇ। ਆਹ ਸਾਰਾ ਕੁਝ ਦੇਖਣਾ ਆ ਆਪਾਂ ਉਰੇ, ਐਵੇਂ ਦੇ ਪਹਾੜ, ਬਹੁਤ ਵੱਡਾ ਰੇਲਵੇ ਸਟੇਸ਼ਨ ਹੈ, ਘੱਟੋ ਘੱਟ 13 ਪਲੇਟਫਾਰਮ ਨੇ ਇਹਦੇ ਬਈ।
ਐਵੇਂ ਦੀ ਐਕਟੀਵਿਟੀ ਉਰੇ ਸਾਰੀਆਂ ਹੁੰਦੀਆਂ ਨੇ ਬਈ। ਬਾਹਰ ਆ ਗਏ ਵੀ ਉਰੇ ਬੱਸ ਸਟੇਸ਼ਨ ਵੀ ਹੈਗਾ ਕਾਫੀ ਵੱਡਾ, ਤੇ ਦੇਖਦੇ ਆ ਪਬਲਿਕ ਬੱਸ ਕਿੱਥੇ ਆਉਂਦੀ ਹੈ। ਆ ਮੇਰੇ ਪਿੱਛੇ ਕੁਛ ਐਵੇਂ ਦਾ ਬਈ, ਇਹ ਰੇਲਵੇ ਸਟੇਸ਼ਨ ਹੈ ਸਿੰਘ ਜਗਾਨਸੀ ਦਾ, ਇਹ ਬੈਸਟ ਰੇਲਵੇ ਸਟੇਸ਼ਨ ਹੈ, ਸਾਰੀਆਂ ਟ੍ਰੇਨਾਂ ਉਰੇ ਬੈਸਟ 'ਤੇ ਜਾਂਦੀਆਂ ਨੇ। ਆਹ ਮੇਰੇ ਪਿੱਛੇ ਉਰੇ ਰੇਲਵੇ ਸਟੇਸ਼ਨਾਂ ਦੇ ਬਾਹਰ ਵੀ ਬਹੁਤ ਜ਼ਿਆਦਾ ਖਾਲੀ ਜਗ੍ਹਾ ਛੱਡੀ ਹੁੰਦੀ ਹੈ, ਪਤਾ ਨਹੀਂ ਇਹਦੇ ਪਾਰਕਿੰਗ 'ਤੇ ਇਹਦੀ ਸਾਰੀ ਅੰਡਰਗਰਾਊਂਡ ਹੈ। ਆਹ ਮੈਪ ਲੱਗਿਆ ਵੀ ਪੂਰਾ, ਸਵੇਰੇ 5:40 ਤੋਂ ਲੈ ਕੇ ਰਾਤ ਨੂੰ 8:40 ਤੱਕ ਬੱਸਾਂ ਚੱਲਦੀਆਂ ਨੇ ਹਜੇ। ਲੈ ਬੱਸ ਅੱਡੇ ਨੂੰ ਪੂਰਾ ਰੈੱਡ ਕਾਰਪੇਟ ਵਿਛਾਇਆ ਪਿਆ ਜਿਵੇਂ ਪ੍ਰਧਾਨ ਮੰਤਰੀ ਨੇ ਜਾਣਾ ਹੋਵੇ। ਆਹ ਬੱਸਾਂ ਖੜੀਆਂ ਨੇ ਵੀ ਸਾਰੀਆਂ, ਹੁਣ ਮੈਨੂੰ ਪਤਾ ਹੈ ਨਹੀਂ ਕਿਹੜੀ ਜਾਊਗੀ, 6 ਜਾਊਗੀ ਜਾਂ 17 ਜਾਊਗੀ। ਦੋਨੀ ਬੱਸਾਂ ਜਾਣਗੀਆਂ ਵੀ ਸਿਟੀ ਸੈਂਟਰ, ਅਤੇ ਹਜੇ ਟਾਈਮ ਲੱਗੂਗਾ, ਅਤੇ ਮੈਂ ਸਮਾਨ ਰੱਖਦਾ ਉਹਦਾ ਅੰਦਰ। ਮੀਂਹ ਬਹੁਤ ਜ਼ਿਆਦਾ ਆ ਰਿਹਾ ਯਾਰ, ਸਾਰਾ ਫਲੋਰ ਮਤਲਬ ਗਿੱਲਾ ਹੋ ਰਿਹਾ, ਮੇਰਾ ਪੈਰ ਵੀ ਸਲਿੱਪ ਹੋ ਗਿਆ ਸੀ, ਇੱਕ ਦੋ ਵਾਰੀ ਬਚ ਗਿਆ ਮੈਂ। ਬੱਸ ਘੈਂਟ ਹੈ ਵੀ, ਇਹਦੀ ਟਿਕਟ ਹੈ 2 ਜਵਾਨ, ਮਤਲਬ ਕਿ 24 ਰੁਪਏ, 2 ਰੁਪਏ ਟਿਕਟ ਹੈ ਵੀ। ਬੱਸਾਂ ਬਹੁਤ ਸੋਹਣੀਆਂ ਹੁੰਦੀਆਂ ਨੇ ਵੀ, ਸਕਰੀਨਾਂ ਬਿੱਲ ਬੋਰਡ ਬਹੁਤ ਲੱਗੇ ਹੁੰਦੇ ਆ, ਮਸ਼ਹੂਰੀਆਂ ਚੱਲਦੀਆਂ ਰਹਿੰਦੀਆਂ ਨੇ। ਜੈਕਟ ਪਾ ਲੈਂਦਾ ਉਦੋਂ ਤਾਂ ਵੀ ਗਰਮੀ ਆ ਜਾਂਦੀ ਹੈ, ਜਦੋਂ ਕੱਢ ਦਿੰਦਾ ਠੰਡ ਲੱਗਣ ਲੱਗ ਜਾਂਦੀ ਹੈ, ਪੰਗਾ ਹੀ ਹੈ। ਬੱਸ ਦੇ ਸ਼ੀਸ਼ਿਆਂ ਦੇ ਵੀ ਦੇਖੋ ਮੀਂਹ ਦਾ ਪਾਣੀ ਪੈ ਰਿਹਾ। ਕਾਰਾਂ ਦੇਖੋ ਕਿੰਨੀਆਂ ਜ਼ਿਆਦਾ ਖੜੀਆਂ ਨੇ, ਜਾਮ ਜਿਹਾ ਲੱਗਿਆ ਹੋਇਆ ਪੂਰਾ ਲਾਈਟਾਂ ਦਾ। ਓਲੰਪਿਕ ਖੇਡਾਂ ਵਾਲਿਆਂ ਦਾ ਦਫ਼ਤਰ ਆ ਗਿਆ ਵੀ ਆ ਸ਼ਹਿਰ 'ਚ ਦੇਖੋ। ਆਹ ਬਿਲਡਿੰਗ ਦੇਖੋ ਵੀ ਕਿੰਨੀ ਖੂਬਸੂਰਤ ਹੈ, ਕੱਲ੍ਹ ਵਾਲੇ ਵਰਗੀ ਹੈ ਜਮਾਂ। ਸਵਾ 8 ਹੋ ਗਏ ਵੀ, ਬੱਸ ਨੇ ਮੈਨੂੰ ਉਤਾਰਤਾ ਸਿਟੀ ਸੈਂਟਰ 'ਚ, ਅਤੇ ਇੱਥੋਂ ਹੋਸਟਲ ਮੇਰਾ 400 ਮੀਟਰ ਦੇ ਵੋਕ 'ਤੇ ਹੀ ਹੈ। ਉਰੇ ਖਾਣ ਪੀਣ ਵਾਲੀਆਂ ਕਾਫੀ ਦੁਕਾਨਾਂ ਨੇ, ਇਹ ਸ਼ਹਿਰ ਵੀ ਕਾਫੀ ਵੀ ਡੈਕੋਰੇਟਡ ਹੀ ਹੈ, ਮਤਲਬ ਸਾਰੇ ਸ਼ਹਿਰ 'ਚ ਇਹਨਾਂ ਦੇ ਜਿਵੇਂ ਰਾਤ ਨੂੰ ਹੁੰਦੀ ਆ ਬਿਲਡਿੰਗਾਂ ਦੇ ਰੰਗ ਬਿਰੰਗੀ ਲਾਈਟਿੰਗ। ਆਹ ਰੈਸਟੋਰੈਂਟ ਵੀ ਬਹੁਤ ਹੀ ਜ਼ਿਆਦਾ ਪੁਰਾਣਾ, ਇਹਦੇ ਬਹੁਤ ਹੀ ਜ਼ਿਆਦਾ ਯੂਨੀਕ ਹੈ, ਸੋਹਣਾ ਹੈ ਦੇਖੋ, ਪੁਰਾਣੇ ਇਹਨਾਂ ਨੇ ਮੀਟ ਮੂਟ ਜਿਹਾ ਟੰਗਿਆ ਟ੍ਰੈਡੀਸ਼ਨਲ, ਪੀੜੀਆਂ ਜਿਹੀਆਂ ਗਲੀਆਂ ਵਿੱਚ ਦੀ ਆ ਰਿਹਾ ਦੇਖੋ ਪੂਰੇ। ਉਰੇ ਵੀ ਮਾਰਕੀਟ ਐਵੇਂ ਲੱਗਦਾ ਇਹ ਵੀ ਬੰਦ ਹੋਈ ਪਈ ਹੈ। ਹੋਸਟਲ ਦੀ ਲੋਕੇਸ਼ਨ ਗਲਤ ਹੈ ਵੀ, ਇਹ ਦੱਸ ਰਹੀ ਵੀ ਬਰਫ਼ ਪਈ ਹੋਈ ਹੈ ਦੇਖੋ ਸ਼ੀਸ਼ੇ। ਹਾਂ ਓਕੇ 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 ਆ ਗਿਆ ਆਪਣਾ ਹੋਸਟਲ। ਹੋਸਟਲ ਦਾ ਆਪਾਂ ਨੇ ਲੱਭ ਲਿਆ ਭਾਈ, ਸਾਹਮਣੇ ਸਕਰੀਨ ਕਿੰਨੀ ਘੈਂਟ ਲਾਈ ਹੋਈ ਹੈ MI ਦੀ, ਸੋ ਬਿਊਟੀਫੁਲ। ਆਹ ਹੋਸਟਲ ਹੈ ਯਾਰ ਆਪਣਾ, ਠੀਕ ਠਾਕ ਹੀ ਹੈ, ਮੈਂ ਇਕੱਲਾ ਹੀ ਹਾਂ ਰੂਮ 'ਚ। ਇਹਦੇ ਮੈਂ ਪੇ ਕੀਤੇ ਆ ਬਈ 800 ਰੁਪਏ ਕੀਤਾ ਸਿਰਫ ਇੱਕ ਬੈੱਡ ਦਾ। 10:30 ਵੱਜ ਗਿਆ ਰਾਤ ਦੇ, ਮੀਂਹ ਨਹੀਂ ਹਟ ਰਿਹਾ, ਮੈਂ ਪੀਣੀ ਸੀ ਕੌਫੀ, ਕੰਮ ਔਖਾ ਹੈ, ਕੱਲ੍ਹ ਨੂੰ ਵੀ ਪੂਰਾ ਦਿਨ ਮੀਂਹ ਹੈ। ਦਿਖਾ ਰਿਹਾ ਵੀ ਵੈਦਰ ਕਿੰਨੀ ਕਿਊਟ ਹੈ। ਇਹਦਾ ਘਰ ਦੇਖੋ ਵੀ ਕਿੰਨਾ ਜ਼ਿਆਦਾ ਸੋਹਣਾ ਹੈ ਦੇਖੋ, ਪੂਰਾ ਹੈ ਨਾ ਉੱਪਰ ਚੜ ਜਾਂਦੀ ਹੈ। ਹੈਲੋ 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 in 1947 when like India is divided in two parts, that time half Punjab in Pakistan, half it's very famous the Punjabi area. ਪੌਣੇ 12 ਵੱਜ ਗਏ ਤੇ ਮੈਂ ਨਿਕਲਿਆ ਯਾਰ ਥੋੜਾ ਘੁੰਮਣ ਨੂੰ, ਹੁਣ ਥੋੜਾ ਮੀਂਹ ਹਟਿਆ, ਫਿਰ ਵੀ ਮੈਂ ਛਤਰੀ ਚੱਕ ਲਈ ਕਿਉਂਕਿ ਉਹ ਭਾਈ ਸਾਹਿਬ ਮਿਲ ਗਏ ਸੀ ਮੈਕਸੀਕਨ, ਤੇ ਉਹ ਕੁੜੀ ਸੀ ਵੁਹਾਨ ਤੋਂ, ਤੇ ਉਰੇ ਪੜ੍ਹਦੇ ਆ, ਤੇ ਉਹ ਦੋਨੋਂ ਉਰੇ ਘੁੰਮਣ ਆਇਆ, ਤੇ ਅੱਜ ਉਹ ਜਾ ਕੇ ਆਇਆ ਉੱਪਰ ਤਾਨੇ ਮਨ ਜਿਹੜੇ ਮਾਊਂਟੇਨਸ ਨੇ। ਆਹ ਦੇਖੋ ਵੀ ਮੀਂਹ 'ਚ ਵੀ ਨਹੀਂ ਲੋਕ ਖੜਦੇ ਹੈ ਨਾ, ਮੀਂਹ 'ਚ ਵੀ ਕਿੰਨਾ ਸੋਹਣਾ ਲੱਗਦਾ ਯਾਰ ਚਾਈਨਾ। ਨੋ ਮਸਾਜ ਚਾਈਨਾ ਦੇ ਨਾਲ ਨਾਲ ਮੀਂਹ 'ਚ ਕੌਫੀ ਬੜੀ ਘੈਂਟ ਲੱਗਦੀ ਹੈ ਵੀ, ਗਰਮ ਗਰਮ ਸਵੇਰੇ ਠੰਡ ਹੈ। ਆਹ ਸਾਰਾ ਵੀ ਨਕਸ਼ਾ ਹੈ ਦੇਖੋ ਅਵਤਾਰ ਫਿਲਮਾਂ ਵਾਲੀਆਂ, ਉਹ ਸਾਰੀਆਂ ਝਾਕੀਆਂ ਦਿਖਾਈਆਂ ਗਈਆਂ ਨੇ ਉਰੇ। ਕਾਜੀ ਦੀ ਦੌੜ ਮਸੀਦ ਤੱਕ ਤੇ ਆਪਣੀ ਰਾਤ ਨੂੰ ਕੌਫੀ ਤੱਕ। ਕੱਲ੍ਹ ਇੱਕ ਭਾਈ ਨੇ ਬੜਾ ਘੈਂਟ ਕਮੈਂਟ ਕੀਤਾ ਹੋਇਆ ਸੀ, ਤਰੱਕੀ ਤੇ ਆਰਾਮ ਦੋਨੋਂ ਇੱਕ ਨਹੀਂ ਹੋ ਸਕਦੇ। ਪਹੁੰਚ ਗਏ ਫਾਈਨਲੀ ਮੈਕਡੋਨਲਡ, ਹੁਣ ਇਹ ਨਾ ਕਹਿ ਦੇਣਾ ਸਾਡਾ ਬੰਦ ਕਰਨ ਦਾ ਟਾਈਮ ਹੈ। ਬਹੁਤ ਵਧੀਆ ਲੋਕ ਨੇ ਯਾਰ, ਰਾਤ ਦੇ 12:10 ਹੋ ਗਏ, ਮੈਨੂੰ ਕੌਫੀ ਦੇ ਤੀ, ਦੇਖੋ ਬੰਦ ਹੀ ਹੋ ਗਿਆ ਆਲਮੋਸਟ,
ਤੇ ਕਾਫੀ ਜਿੰਦਾਬਾਦ। ਮੈਕਡੋਨਲਡ ਦੀ ਕਾਫੀ ਸਭ ਤੋਂ ਸਸਤੀ ਹੈ ਜੇ ਪੀਣੀ ਹੈ ਚਾਈਨਾ 'ਚ, ਜਾਂ ਫਿਰ ਉਹ ਜਿਹੜੀ ਤੁਹਾਨੂੰ ਦੂਜੀ ਦੱਸੀ ਸੀ ਕੋਕੋਨਟ ਵਾਲੀ। ਜਿਹੜੇ ਚੀਨੀ ਲੋਕ ਨੇ ਨਾ ਯਾਰ, ਇਹ ਜ਼ਿਆਦਾਤਰ ਗਰੁੱਪਾਂ 'ਚ ਹੀ ਖਾ ਕੇ ਰਾਜ਼ੀ ਨੇ। ਜਿਵੇਂ ਰਸ਼ੀਅਨ ਬਹਿੰਦੇ ਸੀ ਨਾ, ਪਿਕਨਿਕ ਮਨਾਉਂਦੇ ਆ ਰਸ਼ੀਅਨ, ਸੇਮ ਹੀ ਕਨਸੈਪਟ ਹੈ ਅਤੇ ਖਾਈ ਜਾਣਗੇ, ਬੀਅਰਾਂ ਪੀ ਜਾਣਗੇ, ਅਤੇ ਉਹੀ ਕਨਸੈਪਟ ਚੱਲ ਰਿਹਾ। ਇਹ ਬਲੌਗ ਇੱਥੇ ਤੱਕ ਸੀ, ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰ ਦਿਓ। ਬਾਏ।